अपने को जो इस टॉपिक का है अपने को मैथमेटिकली न्यूमेरिकली रिलेटिव वेलोसिटी कैलकुलेट डिटरमिनेशन ऑफ रिलेटिव वेलोसिटी बच्चे इस टॉपिक को कवर कर लगे डिटरमिनेशन ऑफ रिलेटिव वेलोसिटी वाला कांसेप्ट जेड़ा इना ध्यान रख लियो न्यूमेरिकल दे विच असीं एसएच रिलेटिव वेलोसिटी दा कांसेप्ट जदों लगाना ते केड़े बिना अप्लाई करना ओदे लई एक चीज तो पहले ओदे दो स्टेप बोलांगा ओ समझ लियो कहंदा जी ऑलवेज व्हेन वी कैलकुलेट द रिलेटिव वेलोसिटी मीन यू आर कंपेयरिंग द वेलोसिटी ऑफ वन बॉडी विद रिस्पेक्ट टू अदर always bring one of the body is in the state of rest hamesha jadon vi tusi relative velocity calculate karni ha ode kuch step ne theek hai ohna vich pehla step eh hoega ki jis object di relative velocity calculate karni with respect to other object te pehlo other object nu tusi rest vich laayo ਉਹਨੂੰ ਰੈਸਟ ਵਿੱਚ ਲਿਆ ਕੇ ਫਿਰ ਅਸੀਂ ਜਿਹੜਾ ਫਸਟ ਆਬਜੈਕਟ ਆ ਜਿਹਦੀ ਰਿਲੇਟਿਵ ਵੈਲੋਸਿਟੀ ਕੈਲਕੂਲੇਟ ਕਰਨੀ ਆ ਹਨਾ ਫਿਰ ਉਹਦੀ ਵੈਲੋਸਿਟੀ ਦੀ ਵੈਲਿਊ ਦੇਖੋ ਕਿੰਨੀ ਬਣ ਗਈ ਮਤਲਬ ਇਹ ਕਹਾਂ ਮੈਂ ਵੀ ਮੂਵ ਕਰਦਾ ਪਿਆ ਮੇਰੇ ਨਾਲ ਬੋਰਡ ਵੀ ਮੂਵ ਕਰਦਾ ਪਿਆ ਠੀਕ ਹੈ ਵੀ ਆਰ ਟਰੈਵਲਿੰਗ ਇਨ ਦਾ ਸੇਮ ਡਾਇਰੈਕਸ਼ਨ ਔਰ ਵੀ ਆਰ ਟਰੈਵਲਿੰਗ ਇਨ ਆਪੋਜ਼ਿਟ ਡਾਇਰੈਕਸ਼ਨ ਕੁਝ ਵੀ ਇਦਾਂ ਦਾ ਕੇਸ ਹੋਵੇ ਜਦੋਂ ਮੈਂ ਰਿਲੇਟਿਵ ਵੈਲੋਸਿਟੀ ਕੱਢਣੀ ਹੋਏਗੀ ਨਾ ਤੇ ਮੇਰੀ ਰਿਲੇਟਿਵ ਵੈਲੋਸਿਟੀ ਜੇ ਵਿਦ ਰਿਸਪੈਕਟ ਟੂ ਬੋਰਡ ਕੱਢਣੀ ਆ ਜਿਹੜਾ ਕਿ ਨਾਲ ਮੂਵ ਕਰਦਾ ਪਿਆ ਪਹਿਲਾਂ ਅਸੀਂ ਬੋਰਡ ਦੀ ਵੈਲੋਸਿਟੀ ਨੂੰ 0 ਬਣਾਵਾਂਗੇ ਫਿਰ ਜਦੋਂ ਬੋਰਡ ਦੀ ਵੈਲੋਸਿਟੀ 0 ਕਰ ਲਈ ਉਸ ਇਨਸਟੈਂਟ ਤੇ ਮੇਰੀ ਟੋਟਲ ਵੈਲੋਸਿਟੀ ਜਿਹੜੀ ਆ ਹਨਾ ਉਹ ਕਿੰਨੀ ਬਣੀ ਉਹਨੂੰ ਅਸੀਂ ਐਸਐਚ ਰਿਲੇਟਿਵ ਵੈਲੋਸਿਟੀ ਆਫ ਆਬਜੈਕਟ ਏ ਵਿਦ ਰਿਸਪੈਕਟ ਟੂ ਬੀ ਡਿਫਾਈਨ ਕਰਾਂਗੇ ਇਹਨੂੰ ਸਮਝਣ ਲਈ ਐਗਜ਼ਾਮਪਲ ਦੇ ਰਿਹਾ ਕਹਿੰਦੇ ਜੀ ਵੈਨੇਵਰ ਵੀ ਕੈਲਕੂਲੇਟ ਦਾ ਰਿਲੇਟਿਵ ਵੈਲੋਸਿਟੀ ਕੁਝ ਫਸਟ ਪਾਰਟ ਹੈਗਾ If two objects are traveling, in same direction, जे दो object same direction जे travel कर दे यार, ते उन्हें भी relative के दागे दे दी। आप इन्हों graphically line diagram ना show up करेंगे। Let me say. ऑब्जेक्ट ए जेड़ा हैगा दैट इज मूविंग विद वेलोसिटी वी ए ऑब्जेक्ट बी ठीक है जी इज मूविंग विद वेलोसिटी वी बी और आप कहते नहीं कह रहे कि वी ए ते वी बी इक्वल कुछ भी इनहा दी वेलोसिटी होए सिर्फ एको गल कह रहे कि बोथ कार्स आर ट्रैवलिंग इन द सेम डायरेक्शन इफ बोथ आर ट्रैवलिंग इन सेम एंड वी आर कैलकुलेटिंग वी ए बी जो ਤੁਸੀਂ ਕੈਲਕੂਲੇਟ ਕਰਨ ਲੱਗੇ ਉਹਦਾ ਨਾਮ ਰੱਖ ਲਿਆ ਆਪਾਂ VAB ਯਾਨੀ ਰਿਲੇਟਿਵ ਵੈਲੋਸਿਟੀ ਆਫ A ਵਿਦ ਰਿਸਪੈਕਟ ਟੂ B ਤੇ ਪੁੱਤਰ ਜਦੋਂ ਮੈਂ A ਦੀ ਰਿਲੇਟਿਵ ਕੈਲਕੂਲੇਟ ਕਰਨੀ ਆ B ਦੇ ਰਿਸਪੈਕਟਿਵਲੀ ਫਸਟ ਆਫ ਆਲ ਕੈਨ ਆ ਬ੍ਰਿੰਗ ਦਾ ਆਬਜੈਕਟ B ਇਨ ਦਾ ਸਟੇਟ ਆਫ ਰੈਸਟ ਇਹਦਾ ਮਤਲਬ ਕਿ B ਆਬਜੈਕਟ ਨੂੰ ਰੈਸਟ ਵਿੱਚ ਲੈ ਕੇ ਆਉਣ ਵਾਸਤੇ ਜਿੰਨੀ ਇਹਦੀ ਵੈਲੋਸਿਟੀ ਫਾਰਵਰਡ ਡਾਇਰੈਕਸ਼ਨ ਚ ਹੋਏਗੀ ਇਹਦੇ ਇਕੁਅਲ ਵੈਲੋਸਿਟੀ ਇਹਨੂੰ ਆਪੋਜ਼ਿਟ ਡਾਇਰੈਕਸ਼ਨ ਚ ਸਪਲਾਈ ਕਰ ਦੇ ਇਹਦਾ ਮਤਲਬ B ਨੂੰ ਰੈਸਟ ਲੈ ਕੇ ਆਉਣ ਵਾਸਤੇ ਵਟ ਵੀ ਵਿਲ ਹੈਵ ਟੂ ਡੂ ਜੇ B ਦੀ ਅੱਗੇ ਫਾਰਵਰਡ ਡਾਇਰੈਕਸ਼ਨ ਚ ਪਲੱਸ B ਦੀ ਵੈਲੋਸਿਟੀ ਹੈਗੀ ਆ ਤੁਸੀਂ ਇਹਨੂੰ ਮਾਈਨਸ B ਦੀ ਵੈਲੋਸਿਟੀ ਸਪਲਾਈ ਕਰ ਦਿਓ ਹੁਣ ਜੇ ਮੈਂ ਐਸਐਚ B ਦੀ ਟੋਟਲ ਵੈਲੋਸਿਟੀ ਕੱਢਾਂ ਤੇ B ਦੀ ਟੋਟਲ ਕਿੰਨੀ ਹੋ ਜੂ 0 ਇਹਦਾ ਮਤਲਬ ਹੋ ਗਿਆ b ਦੀ ਰਿਜ਼ਲਟੈਂਟ ਵੈਲੋਸਿਟੀ 0 ਤੇ ਜਦੋਂ b ਦੀ ਰਿਜ਼ਲਟੈਂਟ 0 ਆ ਗਈ ਸੀ ਕਿਹਨੇ b ਰੈਸਟ ਦੀ ਸਟੇਟ ਚ ਇਹਦਾ ਮਤਲਬ ਜੇ ਮੈਂ b ਦੀ ਇੱਥੇ ਟੋਟਲ ਵੈਲੋਸਿਟੀ ਲਿਖਾਂ ਤੇ b ਦੀ ਟੋਟਲ ਵੈਲੋਸਿਟੀ 0 ਹੋਣ ਕਰਕੇ ਅਸੀਂ ਲਿਖਦੇ ਨੇ b ਐਟ ਰੈਸਟ ਹੁਣ ਤੁਸੀਂ ਕਰਨਾ ਕੀ ਆ ਕਹਿੰਦਾ ਜੀ b ਤੇ ਰੈਸਟ ਲੈ ਆਂਦਾ ਹੁਣ ਜਿੰਨੀ ਵੈਲੋਸਿਟੀ b ਨੂੰ ਸਪਲਾਈ ਕੀਤੀ ਆ ਜਿੰਨੀ ਵੈਲੋਸਿਟੀ b ਨੂੰ ਸਪਲਾਈ ਕੀਤੀ ਓਨੀ ਹੀ ਵੈਲੋਸਿਟੀ ਅਸੀਂ a ਨੂੰ ਵੀ ਸਪਲਾਈ ਕਰਾਂਗੇ ਠੀਕ ਹੈ ਔਰ ਉਸੇ ਡਾਇਰੈਕਸ਼ਨ ਚ ਕਰਾਂਗੇ ਜਿਸ ਡਾਇਰੈਕਸ਼ਨ ਚ b ਨੂੰ ਸਪਲਾਈ ਹੈ ਇਹਨਾਂ a ਦੀ ਵੈਲੋਸਿਟੀ ਫਾਰਵਰਡ ਡਾਇਰੈਕਸ਼ਨ ਚ va ਸੀਗੀ ਤੁਸੀਂ ਇਹਨੂੰ ਵੈਲੋਸਿਟੀ -vb ਸਪਲਾਈ ਕਰਦੇ ਹੋ
ਹੁਣ ਜੇ ਮੈਂ ਏ ਆਬਜੈਕਟ ਦੀ ਟੋਟਲ ਵੈਲੋਸਿਟੀ ਕੱਢਾਂ ਤੇ ਏ ਆਬਜੈਕਟ ਕੋ ਦੋ ਵੈਲੋਸਿਟੀਜ਼ ਹੋ ਗਈਆਂ ਮੰਨ ਲਓ ਪਲੱਸ 15 ਮੀਟਰ ਪਰ ਸੈਕਿੰਡ ਉਹਦੀ ਫਾਰਵਰਡ ਆ ਤੇ ਮਾਈਨਸ 10 ਮੀਟਰ ਪਰ ਸੈਕਿੰਡ ਉਹਨੂੰ ਬੈਕਵਰਡ ਮਿਲੀ ਆ ਤੇ ਅਸੀਂ ਏ ਦੀ ਰਿਜ਼ਲਟੈਂਟ ਵੈਲੋਸਿਟੀ ਕੱਢ ਲਾਂਗੇ ਕਿੰਨੀ ਬਣੀ ਠੀਕ ਹੈ ਕਿਉਂਕਿ ਵੈਕਟਰ ਆ ਇੱਕ ਲਾਈਨ ਦਿਮਾਗ 'ਚ ਰੱਖਿਓ ਵੈਕਟਰ ਜਦੋਂ ਐਡ ਕਰੀਦੇ ਆ ਡਾਇਰੈਕਸ਼ਨ ਸੋਚ ਕੇ ਐਡ ਹੋਣੇ ਆ ਸਿੰਪਲ ਐਡੀਸ਼ਨ ਨਹੀਂ ਹੋ ਸਕਦੀ ਮਤਲਬ ਮੈਂ ਕਹਾਂ ਆ 15 ਆ ਆ 10 ਆ ਤੇ ਟੋਟਲ 25 ਹੋ ਗਿਆ ਇਹਦਾ ਨਹੀਂ ਹੋਏਗਾ ਠੀਕ ਹੈ ਨਾ ਜਿਹੜਾ 15 ਮੀਟਰ ਪਰ ਸੈਕਿੰਡ ਉਹ ਕਿਸ ਡਾਇਰੈਕਸ਼ਨ ਚ ਆ ਜਿਹੜੀ 10 ਮੀਟਰ ਪਰ ਸੈਕਿੰਡ ਉਹ ਕਿਸ ਡਾਇਰੈਕਸ਼ਨ ਆ ਫਿਰ ਉਹਦੀ ਡਾਇਰੈਕਸ਼ਨ ਵਾਈਜ਼ ਹਮੇਸ਼ਾ ਉਹਦਾ ਰਿਜ਼ਲਟੈਂਟ ਨਿਕਲੇਗਾ ਇਸ ਮੂਮੈਂਟ ਤੇ ਦੋ ਵੈਲੋਸਿਟੀਜ਼ ਆਪੋਜ਼ਿਟ ਡਾਇਰੈਕਸ਼ਨ ਚ ਆ ਅਸੀਂ ਲੈਫਟ ਟੂ ਰਾਈਟ ਸਾਈਡ ਪੋਜ਼ਿਟਿਵ ਮੰਨੀ ਹੋਈ ਆ ਤੇ ਰਾਈਟ ਟੂ ਲੈਫਟ ਮੇਰੀ ਨੈਗੇਟਿਵ ਹੋ ਗਈ ਹੁਣ ਇਸ ਇਨਸਟੈਂਟ ਤੇ ਜਿਹੜੀ a ਦੀ ਟੋਟਲ ਵੈਲੋਸਿਟੀ ਲਿਖੀ ਹੈ a ਦੀ ਟੋਟਲ ਵੈਲੋਸਿਟੀ ਡਿਫਾਈਨ ਕਰਾ ਤੇ ਉਹਦੀ ਵੈਲਿਊ da ਪਲੱਸ ਮਾਈਨਸ b ਯਾਨੀ a ਦੀ ਟੋਟਲ ਵੈਲੋਸਿਟੀ da ਮਾਈਨਸ b ਦੇ ਬਰਾਬਰ ਵੈਲਿਊ a ਆਬਜੈਕਟ ਦੀ ਆ ਜਾਏਗੀ ਕਿ ਇਹਨੀ ਗੱਲ ਮੈਨੂੰ ਸਮਝ ਲੱਗੀ ਯੈਸ ਸਰ ਯੈਸ ਸਰ ਹੁਣ ਜਿਹੜੀ ਵੈਲੋਸਿਟੀ ਆਪਾਂ ਕੈਲਕੂਲੇਟ ਕੀਤੀ ਅਸੀਂ ਕੱਢਿਆ ਤੇ a ਦਾ ਰਿਜ਼ਲਟੈਂਟ ਆ ਅਸੀਂ ਜੋ ਕੈਲਕੂਲੇਟ ਕਰਦੇ ਪਏ ਇਹਨੂੰ ਨਾਮ ਦੇਣਾ ਹੋਵੇ ਤੇ ਮੈਂ ਕਹੂੰਗਾ ਮੈਂ a ਦੀ ਰਿਜ਼ਲਟੈਂਟ ਵੈਲੋਸਿਟੀ ਕੱਢੀ ਇਹਦੇ b ਦੀ ਵੀ ਰਿਜ਼ਲਟੈਂਟ ਕੱਢੀ ਪਰ ਜਦੋਂ a ਦੀ ਰਿਜ਼ਲਟੈਂਟ ਵੈਲੋਸਿਟੀ ਨੂੰ b ਦੀ ਰਿਜ਼ਲਟੈਂਟ ਵੈਲੋਸਿਟੀ ਨਾਲ ਕੰਪੇਅਰ ਕਰਾਂਗੇ ਹਨਾ ਅਸੀਂ b ਨੂੰ ਲੈਸ ਲਿਆ ਚੁੱਕੇ ਹਾਂ ਤੇ ਜਦੋਂ a ਦੀ ਰਿਜ਼ਲਟੈਂਟ ਨੂੰ b ਦੀ ਰਿਜ਼ਲਟੈਂਟ ਨਾਲ ਕੰਪੇਅਰ ਕਰਦੇ ਨਾ ਉਦੋਂ a ਦੀ ਰਿਜ਼ਲਟੈਂਟ ਵੈਲੋਸਿਟੀ ਦਾ ਨਾਮ ਜਿਹੜਾ ਵਾ ਉਹ ਅਸੀਂ ਕਹਿ ਦਿੰਦੇ ਹਾਂ ਰੈਲੇਟਿਵ ਵੈਲੋਸਿਟੀ ਆਫ a ਵਿਦ ਰਿਸਪੈਕਟ ਟੂ b ਇਹਦਾ ਮਤਲਬ ਹੈ ਪਹਿਲਾਂ ਤੁਸੀਂ b ਦੀ ਵੀ ਰਿਜ਼ਲਟੈਂਟ ਕੱਢੀ ਤੁਸੀਂ a ਦੀ ਵੀ ਰਿਜ਼ਲਟੈਂਟ ਕੱਢੀ ਹਨਾ ਤੇ ਉਸ ਇਨਸਟੈਂਟ ਤੇ ਜਦੋਂ b ਉਹਨਾਂ ਚੋਂ ਰੈਸਟ ਵਿੱਚ ਆ ਗਿਆ ਤੇ a ਦੀ ਜਿਹੜੀ ਰਿਜ਼ਲਟੈਂਟ ਵੈਲੋਸਿਟੀ ਆਈ ਆ ਉਹਦਾ ਨਾਮ ਅਸੀਂ ਰੈਲੇਟਿਵ ਵੈਲੋਸਿਟੀ ਆਫ a ਵਿਦ ਰਿਸਪੈਕਟ ਟੂ b ਬੋਲਦੇ ਹਾਂ ਕਿ ਇਹ ਨਹੀਂ ਗੱਲ ਸਮਝ ਲੱਗੀ ਅਸਲ ਵਿੱਚ ਲਾਸਟ ਨੇ ਵੀ ਕਿੰਨਾ ਜੋ ਆਪਣੇ ਬਤਾਇਆ ਸਰ a ਤੋਂ b ਤੋਂ ਨਹੀਂ ਪਤਾ ਲੱਗਾ ਕਿੱਦਾਂ ਕੱਟਿਆ ਕੀ ਨਹੀਂ ਪਤਾ ਲੱਗਿਆ a ਤੇ b ਪਤਾ ਨਹੀਂ ਲੱਗਿਆ ਕਿੱਦਾਂ ਕੱਟਿਆ ਕੀ ਨਹੀਂ ਪਤਾ ਲੱਗਿਆ ਗੱਲ ਤਾਂ ਦੱਸੋ ਸਰ ਉਹ ਵੀ ਵੈਲੋਸਿਟੀ ਕਿੱਦਾਂ ਅਸੀਂ ਕੀਤੀ a ਤੇ b ਦੀ ਹੈ a ਤੇ b ਦੀ ਵੈਲੋਸਿਟੀ ਕਿੱਦਾਂ ਲਿਖੀ ਉਹ ਪਤਾ ਨਹੀਂ ਲੱਗਿਆ ਨਹੀਂ ਕੀ ਕਹਿਣਾ ਕੀ ਚਾਹ ਰਹੇ ਹੋ ਜਗਨੂਰ ਮੈਂ ਤੇਰੀ ਗੱਲ ਨਹੀਂ ਸਮਝਿਆ ਅੱਛਾ ਸਰ ਸੈਕਿੰਡ ਕੇਸ ਤੋਂ ਪਤਾ ਲੱਗਾ ਜੋ a ਤੇ b ਸੈਕਿੰਡ ਵਾਲੀ ਆਪਾਂ ਸਿੰਪਲੀ ਇੰਨੀ ਗੱਲ ਕਹੀ ਕਿ ਤੁਹਾਡੇ ਕੋਲ ਦੋ ਕਾਰਸ ਆ ਠੀਕ ਹੈ ਜੀ ਦੋਨੇ ਕਾਰ ਮੇਰੀਆਂ ਜਿਹੜੀਆਂ ਕਪੂਰਥਲਾ ਤੋਂ ਜਲੰਧਰ ਵੱਲ ਚੱਲਦੀਆਂ ਪਈਆਂ ਇੱਕ ਕਾਰ ਚੱਲਦੀ ਪਈ 100 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਦੂਜੀ ਚੱਲਦੀ ਪਈ 70 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਬੋਥ ਆਰ ਰਨਿੰਗ ਇਨ ਸੇਮ ਡਾਇਰੈਕਸ਼ਨ ਐਂਡ ਵੀ ਹੈਵ ਟੂ ਕੈਲਕੂਲੇਟ ਰੈਲੇਟਿਵ ਵੈਲੋਸਿਟੀ ਆਫ ਕਾਰ A ਵਿਦ ਰਿਸਪੈਕਟ ਟੂ ਕਾਰ B ਉਹ ਕਹਿੰਦਾ ਜੀ ਉਹ ਕਿੱਦਾਂ ਕੱਢੀਏ ਫਿਰ ਅਸੀਂ ਤੇ ਉਹਦੇ ਲਈ ਅਸੀਂ ਇਹ ਮੈਥਡ ਦਿੰਦੇ ਪਏ ਕਿ ਜਦੋਂ ਤੁਸੀਂ ਰੈਲੇਟਿਵ ਵੈਲੋਸਿਟੀ ਕੈਲਕੂਲੇਟ ਕਰਦੀ ਆ ਜਿਸ ਆਬਜੈਕਟ ਦੀ ਕਰਨੀ ਚਾਹੀਦਾ ਇੱਥੇ ਮੈਂ a ਦੀ ਕਰਨੀ ਆ ਵਿਦ ਰਿਸਪੈਕਟ ਟੂ b ਦੇ ਕਰਨੀ ਮਤਲਬ a ਦੀ ਵੈਲੋਸਿਟੀ ਨੂੰ ਕੰਪੇਅਰ b ਨਾਲ ਕਰਦਾ ਪਏ ਤੇ ਤੁਸੀਂ ਸਭ ਤੋਂ ਪਹਿਲਾਂ b ਨੂੰ ਰੈਸਟ ਵਿੱਚ ਲੈ ਇਹ ਮਤਲਬ ਜੇ b ਦੀ ਵੈਲੋਸਿਟੀ vb ਫਾਰਵਰਡ ਡਾਇਰੈਕਸ਼ਨ ਚ ਆ ਠੀਕ ਹੈ ਜੀ ਤੇ ਅਸੀਂ ਇਹਨੂੰ ਆਪਣੇ ਕੋਲੋਂ ਮਾਈਨਸ vb ਵੈਲੋਸਿਟੀ ਸਪਲਾਈ ਕਰ ਦਿੱਤੀ ਜਿਹਦੇ ਨਾਲ b ਆਬਜੈਕਟ ਦੀ ਟੋਟਲ ਵੈਲੋਸਿਟੀ ਜਿਹੜੀ ਉਹ 0 ਹੋ ਗਈ ਪੱਲੇ ਪਈ ਗੱਲ ਹਾਂਜੀ ਸਰ ਉਸ ਤੋਂ ਬਾਅਦ ਜਿੰਨੀ ਵੈਲੋਸਿਟੀ ਤੁਸੀਂ b ਨੂੰ ਦਿੱਤੀ ਆਪਣੇ ਕੋਲ ਠੀਕ ਹੈ ਜੀ ਸੇਮ ਐਗਜ਼ੈਕਟਲੀ ਓਨੀ ਵੈਲੋਸਿਟੀ ਦਾ ਇਫੈਕਟ a ਤੇ ਵੀ ਪਾਣਾ ਹੁਣ a ਦੀ ਆਪਣੇ ਕੋਲ ਵੈਲੋਸਿਟੀ va ਸੀਗੀ ਅਸੀਂ ਉਹਨੂੰ b ਦੇ ਬਰਾਬਰ ਜਿੰਨੀ b ਨੂੰ ਸਪਲਾਈ ਕੀਤੀ ਹੈ ਓਨੀ ਵੈਲੋਸਿਟੀ a ਨੂੰ ਵੀ ਸਪਲਾਈ ਕਰਦੀ ਮਾਈਨਸ vb ਹੁਣ a ਦੀਆਂ ਦੋ ਵੈਲੋਸਿਟੀਜ਼ ਹੋ ਗਈਆਂ ਇੱਥੇ b ਦੀਆਂ ਦੋ ਬਣੀਆਂ ਸੀ b ਦੀ ਦੋ ਵੈਲੋਸਿਟੀ ਦਾ ਟੋਟਲ ਜਦੋਂ ਕੱਢਿਆ ਉਹ 0 ਹੋ ਗਿਆ ਪਰ ਜਦੋਂ a ਦੀ ਵੈਲੋਸਿਟੀ ਦਾ ਮੈਂ ਟੋਟਲ ਕੱਢਾਂਗਾ ਜਦੋਂ ਆਪਾਂ
पर जे मैं ए दी टोटल कटा ते ए कोल बी ए पहलो तो हैगी सीगी माइनस बी पी ओनू मिली आ ओन वेलोसिटी एदा मतलब ए दी जेकर मैं टोटल वेलोसिटी कटा ते ए दी टोटल वेलोसिटी बी ए प्लस करूंगा क्योंकि टोटल कटना वा ठीक है और उच्च जिनू मैं ऐड करदा पया वो वेलोसिटी माइनस बी बी आ एदा मतलब जे एक ते प्लस माइनस एडजस्ट कर लवा ਤੇ ਇਹਦਾ ਮਤਲਬ ਜਿਹੜੀ a ਦੀ ਟੋਟਲ ਵੈਲੋਸਿਟੀ ਆਈ ਜਿਹਨੂੰ ਰਿਜ਼ਲਟੈਂਟ ਵੈਲੋਸਿਟੀ ਆਪਾਂ a ਬੋਲਾਂ ਉਹਦੀ ਵੈਲਿਊ ਆ ਗਈ ba - bb ਮੈਂ ਇਹ ਕਿਹਾ ਕਿ ਜਿਹੜੀ a ਦੀ ਰਿਜ਼ਲਟੈਂਟ ਵੈਲੋਸਿਟੀ ਆਈ ਹੈ ਇਹ a ਦੀ ਰਿਜ਼ਲਟੈਂਟ ਆਈ ਪਰ b ਦੀ ਰਿਜ਼ਲਟੈਂਟ 0 ਆਈ ਹੈ ਤੇ ਜਿੰਨੀ a ਦੀ ਰਿਜ਼ਲਟੈਂਟ ਆਈ ਹੈ ਲਾਸਟ ਲਾਈਨ ਫੇਰ ਰਿਪੀਟ ਕਰ ਰਿਹਾ ਜਿੰਨੀ a ਦੀ ਰਿਜ਼ਲਟੈਂਟ ਆਈ ਹੈ ਜਦੋਂ b ਦੀ ਰਿਜ਼ਲਟੈਂਟ 0 ਆ ਗਈ ਹੈ ਉਦੋਂ a ਦੀ ਰਿਜ਼ਲਟੈਂਟ ਵੈਲੋਸਿਟੀ ਦਾ ਨਾਮ ਅਸੀਂ ਬਦਲ ਕੇ ਉਹਨੂੰ ਰਿਲੇਟਿਵ ਵੈਲੋਸਿਟੀ ਆਫ a ਵਿਦ ਰਿਸਪੈਕਟ ਟੂ b ਬੋਲ ਦਿੰਦੇ ਯਾਨੀ ਅਸਲ 'ਚ ਤੇ a ਦੀ ਰਿਜ਼ਲਟੈਂਟ ਹੈ ਪਰ a ਦੀ ਰਿਜ਼ਲਟੈਂਟ ਵੇਲੇ b ਨੂੰ ਅਸੀਂ ਰੈਸਟ ਵਿੱਚ ਲਿਆ ਚੁੱਕੇ ਤੇ ਜਦੋਂ b ਰੈਸਟ ਵਿੱਚ ਆ ਗਿਆ ਉਦੋਂ a ਦੀ ਰਿਜ਼ਲਟੈਂਟ ਵੈਲੋਸਿਟੀ ਬੋਲਣ ਦੀ ਜਗ੍ਹਾ ਅਸੀਂ ਇਹਦਾ ਨਾਮ ਜਿਹੜਾ ਵਾ ਇਹ ਸਾਰੀ ਵੈਲਿਊ ਦਾ ਇਹਨੂੰ ਰਿਲੇਟਿਵ ਵੈਲੋਸਿਟੀ ਆਫ a ਵਿਦ ਰਿਸਪੈਕਟ ਟੂ b ਬੋਲਦੇ ਯਾਨੀ ਕਿਤੇ ਲਿਖਾਂ ਤੇ ਆਪਣੇ ਕੋਲ ਆ ਚੀਜ਼ ਆ ਗਈ ਕਿ b a b ਦੀ ਵੈਲਿਊ b a ਮਾਈਨਸ b b ਹੋਏ ਇਹਦਾ ਮਤਲਬ ਜੇ ਤੁਹਾਡੇ ਕੋਲ ਦੋ ਬੋਟ ਪਾਣੀ 'ਚ ਟਰੈਵਲ ਕਰਦੀਆਂ ਪਈਆਂ ਇੱਕ 100 ਕਿਲੋਮੀਟਰ ਪਰ ਆਵਰ ਨਾਲ ਇੱਕ 70 ਕਿਲੋਮੀਟਰ ਪਰ ਆਵਰ ਨਾਲ ਠੀਕ ਹੈ ਔਰ ਇਹ ਪੁੱਛਿਆ ਜਾਵੇ ਵਟ ਇਜ਼ ਦਾ ਰਿਲੇਟਿਵ ਵੈਲੋਸਿਟੀ ਆਫ ਬੋਟ a ਵਿਦ ਰਿਸਪੈਕਟ ਟੂ ਬੋਟ b ਤੇ ਸਿੰਪਲ ਜਿਹਾ ਕਨਸੈਪਟ ਇਹ ਹੋਏਗਾ ਕਿ ਜੇ ਦੋ ਆਬਜੈਕਟ ਸੇਮ ਡਾਇਰੈਕਸ਼ਨ 'ਚ ਟਰੈਵਲ ਕਰਦੇ ਆ ਤੇ ਉਹਨਾਂ ਦੀ ਰਿਲੇਟਿਵ ਵੈਲੋਸਿਟੀ ਕੱਢਣੀ ਹੋਵੇ a ਦੀ b ਦੇ ਰਿਸਪੈਕਟਿਵਲੀ ਜਾਂ b ਦੀ a ਦੇ ਰਿਸਪੈਕਟਿਵਲੀ ਤੇ ਸੇਮ ਡਾਇਰੈਕਸ਼ਨ 'ਚ ਉਹਨਾਂ ਦੋਨਾਂ ਦੀ ਵੈਲੋਸਿਟੀ ਨੂੰ ਮਾਈਨਸ ਕਰ ਦਿਓ ਠੀਕ ਹੈ ਤੇ ਉਹਦੀ ਰਿਲੇਟਿਵ ਵੈਲੋਸਿਟੀ ਆ ਜਾਏਗੀ ਇਹਦਾ ਮਤਲਬ ਜੇ ਮੇਰੇ ਕੋਲ ਇੱਕ ਬੋਟ 100 ਕਿਲੋਮੀਟਰ ਪਰ ਆਵਰ ਨਾਲ ਦੂਜੀ 70 ਕਿਲੋਮੀਟਰ ਪਰ ਆਵਰ ਨਾਲ ਤੇ ਰਿਲੇਟਿਵ ਵੈਲੋਸਿਟੀ ਆਫ ਬੋਟ a ਵਿਦ ਰਿਸਪੈਕਟ ਟੂ ਬੋਟ b ਜਿਹੜੀ ਆ ਉਹ 30 ਕਿਲੋਮੀਟਰ ਪਰ ਆਵਰ ਹੋਏਗੀ ਮਤਲਬ b ਬੋਟ a ਬੋਟ ਨੂੰ ਅਪਰੋਚ ਕਰਦੀ ਪਈ ਆ ਜਾਂ a ਬੋਟ b ਬੋਟ ਤੋਂ ਅੱਗੇ ਚੱਲਦੀ ਪਈ ਆ 30 ਕਿਲੋਮੀਟਰ ਪਰ ਆਵਰ ਦੇ ਕਿੰਨੇ ਜੀ ਹਿਸਾਬ ਨਾਲ ਕਿ ਆ ਗੱਲ ਸਮਝ ਲੱਗੀ ਯੈਸ ਸਰ ਯੈਸ ਸਰ ਚਲ ਇਹ ਫਸਟ ਕੇਸ ਆ ਗਈ ਸਰ ਬੋਲੋ ਜੀ ਸਰ ਉਹ b a ਮਾਈਨਸ b b ਕਿਉਂ ਕੀਤਾ ਹੈ ਸਰ ਆਪਨੇ ਪਹਿਲੇ ਐਡ ਕਰਾ ਥਾ ਸਰ ਤੁਮ ਉਸਨੇ ਮਾਈਨਸ b b ਸੇ ਕਿਉਂ ਕੀਤਾ ਮਾਨਿਆ ਸੁਣ ਲਿਆ ਕਰੋ ਬੇਟਾ ਮੈਂ ਸਾਰੇ ਅੱਖਰ ਵਿੱਚ ਬੋਲੇ ਜਦੋਂ ਤੁਸੀਂ ਪਲੱਸ ਕੀਤਾ ਤਾਂ ਤੁਸੀਂ ਟੋਟਲ ਕੱਢਣ ਲੱਗੇ ਪਰ ਮੈਂ ਇਹ ਵਰਡ ਯੂਜ਼ ਕੀਤਾ ਕਿ ਵੈਲੋਸਿਟੀ ਵੈਕਟਰ ਕੁਆਂਟੀਟੀ ਆ ਤੇ ਵੈਕਟਰ ਜਦੋਂ ਐਡ ਹੁੰਦੇ ਡਾਇਰੈਕਸ਼ਨ ਸੋਚ ਕੇ ਐਡ ਹੋਊਗੀ ਜਿਹੜੀ a ਦੀ ਡਾਇਰੈਕਸ਼ਨ ਤੇ ਜਿਹੜੀ b ਦੀ ਕਿਆ ਉਹ ਦੋਨਾਂ ਦੇ ਸੇਮ ਡਾਇਰੈਕਸ਼ਨ ਆ ਯੈਸ ਸਰ ਨੋ ਸਰ ਗੁਰਕੀਰਤ ਸਿੰਘ ਯੈਸ ਸਰ ਕਰੀਏ ਨਾ ਸੇਮ ਇਹ ਸੇਮ ਡਾਇਰੈਕਸ਼ਨ ਚ a ਤੇ b ਆਬਜੈਕਟ ਨੋ 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 ਸਰ ਤੇਰੀ b ਵੀ ਕਿਹ ਦੋਨੋਂ ਸੇਮ ਡਾਇਰੈਕਸ਼ਨ ਚ ਨੋ ਸਰ ਤੇ ਜੇ ਇਹ ਆਪੋਜ਼ਿਟ ਡਾਇਰੈਕਸ਼ਨ ਚ ਆ ਆਪੋਜ਼ਿਟ ਦੋ ਵੈਕਟਰ ਜਿਹੜੇ ਆ ਗਏ ਇਹਦੇ ਨਾਲ ਉਹਨਾਂ ਚੋਂ ਕੋਈ ਇੱਕ ਪੋਜ਼ਿਟਿਵ ਤੇ ਇੱਕ 네ਗੇਟਿਵ ਹੋਏ ਸਟੈਂਡਰਡ ਕਨਵੈਨਸ਼ਨ ਮੈਥ ਦੀ ਇਹ ਹੁੰਦੀ ਆ ਕਿ ਲੈਫਟ ਟੂ ਰਾਈਟ ਡਾਇਰੈਕਸ਼ਨ ਪੋਜ਼ਿਟਿਵ ਲੈ ਲਓ ਤੇ ਰਾਈਟ ਟੂ ਲੈਫਟ ਡਾਇਰੈਕਸ਼ਨ 네ਗੇਟਿਵ ਲੈ ਲਓ ਇਸ ਲਈ ba ਇਹਦੇ ਵਿੱਚ ਪਲੱਸ ਦੀ ਵੈਲਿਊ ਬਣ ਗਈ ਤੇ bb ਮੇਰੀ ਮਾਈਨਸ ਦੀ ਬਣ ਗਈ ਤੇ ਜਦੋਂ ਇਹਨਾਂ ਨੂੰ ਪਲੱਸ ਕਰਨ ਲੱਗਿਆ ਤੇ ਉਹਦੇ ਚ ba ਚ ਮੈਂ ਪਲੱਸ ਕਿਹਨੂੰ ਕਰਾਂ ਕਹਿੰਦਾ ਜੀ ਸੈਕਿੰਡ ਵੈਲੋਸਿਟੀ ਜਿਹੜੀ ਕਿ ਮਾਈਨਸ bb ਆ ਇਸ ਲਈ ਉੱਤੇ ਮੇਰੇ ਕੋਲ ba ਦੇ ਵਿੱਚ ਮਾਈਨਸ bb ਅਸੀਂ ਪਲੱਸ ਕੀਤਾ ਗੱਲ ਸਮਝ ਲੱਗੀ ਯੈਸ ਸਰ ਯੈਸ ਸਰ ਸਰ ਆਬਜੈਕਟਸ ਤੋਂ ਸੇਮ ਡਾਇਰੈਕਸ਼ਨ ਮੇ ਨਹੀਂ ਟਰੈਵਲ ਕਰ ਰਹੇ ਤੋ ਸਰ ਮਤਲਬ ਇਕੁਏਸ਼ਨ ਸਟਾਰਟਿੰਗ ਵਾਲੀ ਥੀ ਟਰੈਵਲਿੰਗ ਇਨ ਸੇਮ ਡਾਇਰੈਕਸ਼ਨ ਫਿਰ ਆਪਾਂ ਕਿ ਅਸਿਊਮ ਕੀਤਾ ਕਿ ਉਹ ਆਪੋਜ਼ਿਟ ਮੈਥਡ ਸੁਣ ਲਿਆ ਕਰੋ ਬੇਟਾ ਇੱਕ ਵਾਰੀ ਤੇ ਲੋ ਧਿਆਨ ਨਾਲ ਕਨਸੈਂਟਰੇਟ ਕਰ ਮੈਂ ਇਹ ਲਾਈਨ ਸ਼ੁਰੂ ਤੋਂ ਬੋਲੀ ਕਿ ਵੀ ਜਦੋਂ ਰਿਲੇਟਿਵ ਵੈਲੋਸਿਟੀ ਕੱਢਣੀ ਆ ਠੀਕ ਹੈ ਫਿਰ ਦੁਬਾਰਾ ਪਹਿਲੀ ਲਾਈਨ ਤੇ ਦੁਬਾਰਾ ਚੱਲ ਪਿਆ ਮੈਂ ਅਸੀਂ ਸ਼ੁਰੂ ਤੋਂ ਇਹ ਲਾਈਨ ਬੋਲੀ ਆ ਕਿ ਵੀ ਜਦੋਂ ਰਿਲੇਟਿਵ ਕੈਲਕੂਲੇਟ ਕਰਨੀ ਆ ਉੱਚ ਆਬਜੈਕਟ ਜਦੋਂ ਸੇਮ ਡਾਇਰੈਕਸ਼ਨ 'ਚ ਟਰੈਵਲ ਕਰਦੇ ਰਿਲੇਟਿਵ ਕਿੱਦਾਂ ਕੱਢਾਂਗੇ ਉੱਚ ਮੈਂ ਵਰਡ ਇਹ ਯੂਜ਼ ਕੀਤਾ ਕਿ ਜੇ ਦੋ ਆਬਜੈਕਟ ਜਿਹੜੇ ਵੀ ਸੇਮ ਡਾਇਰੈਕਸ਼ਨ 'ਚ ਟਰੈਵਲ ਕਰਦੇ ਨੇ ਜੇ ਇਹਨਾਂ ਦੀ ਰਿਲੇਟਿਵ ਕੱਢਣੀ ਆ ਆਲਵੇਸ ਬ੍ਰਿੰਗ ਬਾਡੀ b ਇਨ ਦਾ ਸਟੇਟ ਆਫ ਰੈਸਟ ਜੇ ਮੈਂ b ab ਕੱਢਦਾ ਪਿਆ ਤੇ b ਨੂੰ ਰੈਸਟ ਤੇ ਲੈ ਆਵਾਂਗਾ ਤੇ ਜੇ ਮੈਂ bb a ਕੱਢਣਾ ਹੁੰਦਾ ਠੀਕ ਹੈ ਤੇ ਮੈਂ a ਨੂੰ ਰੈਸਟ ਤੇ ਲੈ ਕੇ ਆਵਾਂ ਤੇ ਇੱਕ ਆਬਜੈਕਟ ਨੂੰ ਰੈਸਟ ਤੇ ਲੈ ਕੇ ਆਉਣ ਵਾਸਤੇ ਕੀ ਮਤਲਬ ਹੋਇਆ ਉਹਦੀ ਵੈਲੋਸਿਟੀ ਨੂੰ 0 ਕਰਾਓ ਕਹਿੰਦਾ ਜੇ ਮੈਂ bab ਕੱਢਦਾ ਪਿਆ
ਤੇ b ਆਬਜੈਕਟ ਨੂੰ ਮੈਨੂੰ ਰੈਸਟ ਤੇ ਲਿਆਣਾ ਪਊਗਾ ਤੇ ਇਹਨੂੰ ਰੈਸਟ ਤੇ ਲੈ ਕੇ ਆਉਣ ਵਾਸਤੇ ਕੀ ਕੀਤਾ ਸੀ ਇਹਨੂੰ ਮਾਈਨਸ bb ਜਿੰਨੀ ਇਹਦੀ ਵੈਲੋਸਿਟੀ ਫਾਰਵਰਡ ਚ ਸੀਗੀ ਓਨੀ ਇਹਨੂੰ ਬੈਕਵਰਡ ਦੇ ਦਿੱਤੀ ਤੇ ਜਦੋਂ ਇਹਨੂੰ ਬੈਕਵਰਡ ਦੇ ਦਿੱਤੀ ਇਹਦੀ ਤਾਂ ਟੋਟਲ ਵੈਲੋਸਿਟੀ 0 ਹੋ ਗਈ ਹੈ ਆਬਜੈਕਟ ਨੇ ਰੈਸਟ ਤੇ ਆ ਗਿਆ ਹੁਣ ਇਹੀ ਸੇਮ ਪ੍ਰੋਸੈਸ ਜਿਹੜਾ b ਤੇ ਅਪਲਾਈ ਕੀਤਾ a ਤੇ ਵੀ ਕਰੋ a ਤੇ ਜਦੋਂ ਅਪਲਾਈ ਕੀਤਾ b ਇਹ ਉਹਦੇ ਕੋਲ ਹੈਗੀ ਸੀ ਮਾਈਨਸ bb ਉਹਨੂੰ ਵੀ ਸਪਲਾਈ ਦਿੱਤੀ ਤੇ ਉਹਦੇ ਨਾਲ a ਦੀ ਟੋਟਲ ਵੈਲੋਸਿਟੀ b a ਮਾਈਨਸ bb ਬਣੀ ਤੇ ਪਲੱਸ ਬਣੀ ਸਰ ਮਾਈਨਸ bb ਸਰ ਮਾਈਨਸ ਕਿਥੋਂ ਕਰ ਦਾਂਗੇ ਜੀ ਤਾਂ ਆਪ ਟੋਟਲ ਮੈਂ ਤੇ ਸਮਝੋ ਜਿਹੜੀ ਚੀਜ਼ ਤੁਹਾਡੇ ਕਨਸੈਂਟਰੇਟ ਕਰਨ ਵਾਲੀ ਹੈਗੀ ਉਸ ਚੀਜ਼ ਨੂੰ ਤੁਸੀਂ ਇਗਨੋਰ ਕਰ ਜਾਂਦੇ ਵਿੱਚ ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਜਦੋਂ ਰਿਲੇਟਿਵ ਵੈਲੋਸਿਟੀ ਕੈਲਕੂਲੇਟ ਕਰਨੀ ਆ ਤੇ ਇਹਦਾ ਮਤਲਬ ਤੁਸੀਂ ਦੋ ਆਬਜੈਕਟ ਦੀ ਵੈਲੋਸਿਟੀ ਨੂੰ ਕੰਪੇਅਰ ਕਰਨ ਲੱਗੇ ਹੋ ਕੰਪੈਰੀਸਨ ਦਾ ਮੈਥਡ ਕੀ ਹੋਏਗਾ ਉੱਚ ਫਸਟ ਵਰਡ ਇਹ ਬੋਲਦਾ ਪਿਆ ਆਲਵੇਸ ਬ੍ਰਿੰਗ ਵਨ ਆਫ ਦਾ ਬਾਡੀ ਇਨ ਦਾ ਸਟੇਟ ਆਫ ਰੈਸਟ ਤੇ ਉਹਨੂੰ ਰੈਸਟ ਤੇ ਲੈ ਕੇ ਆਉਣ ਵਾਸਤੇ ਹਮੇਸ਼ਾ ਮੈਨੂੰ ਕੀ ਕਰਨਾ ਪਏਗਾ ਜਿੰਨੀ ਵੈਲੋਸਿਟੀ ਉਸ ਆਬਜੈਕਟ ਦੀ ਹੋਏਗੀ ਜਿਹਨੂੰ ਰੈਸਟ ਤੇ ਲੈ ਕੇ ਆਉਣਾ ਉਨੀ ਉਹਨੂੰ ਓਪੋਜ਼ਿਟ ਚ ਸਪਲਾਈ ਕਰਨੀ ਹੋ ਫਿਰ ਸਪਲਾਈ ਇੱਕ ਨੂੰ ਨਹੀਂ ਕਰ ਸਕਦੇ ਦੋਨਾਂ ਨੂੰ ਕਰਨਾ ਪਊ ਜਿੰਨਾ ਆ ਮਾਈਨਸ ਬੀਬੀ ਦਾ ਇਫੈਕਟ ਬੀ ਤੇ ਹੋਏਗਾ ਇੰਨਾ ਹੀ ਮਾਈਨਸ ਬੀਬੀ ਦਾ ਇਫੈਕਟ ਏ ਤੇ ਵੀ ਸਟੱਡੀ ਕਰਨਾ ਇਹ ਤੇ b ਤੇ ਜਦੋਂ ਮਾਈਨਸ bb ਦਾ ਇਫੈਕਟ ਸਟੱਡੀ ਕੀਤਾ ਤੇ b ਤੇ ਆ ਗਈ ਰੈਸਟ ਤੇ ਪਰ a ਆਬਜੈਕਟ ਦੀ ਵੈਲੋਸਿਟੀ 0 ਨਹੀਂ ਹੋਗੀ ਕਿਉਂਕਿ ਅਸੀਂ ਕਿਤੇ ਨਹੀਂ ਕਿਹਾ ਕਿ b ਇਹ ਤੇ bb ਇਕੁਅਲ ਆ ਸਿਰਫ ਇਹ ਕਿਹਾ ਸੀਗਾ ਕਿ ਦੋਨੋਂ ਸੇਮ ਡਾਇਰੈਕਸ਼ਨ 'ਚ ਟਰੈਵਲ ਕਰਦੇ ਪਏ ਕਿਆ ਗੱਲ ਕਲੀਅਰ ਆ ਸਾਰਿਆਂ ਨੂੰ ਯੈਸ ਸਰ ਯੈਸ ਸਰ ਯੈਸ ਸਰ ਹੁਣ ਇਹਦਾ ਹੀ ਸੈਕਿੰਡ ਇਹਦਾ ਹੀ ਸੈਕਿੰਡ ਕੇਸ ਸਰ ਹਾਂਜੀ ਸਰ ਜਦ ਹਮ ਐਸਾ ਨੂੰ ਮੈਡੀਕਲ ਕਰਾਂਗੇ सेम डायरेक्शन वाले जब रिलेटिव वेलोसिटी निकालनी हो दो ऑब्जेक्ट्स की तो सर जो हमने बी का लिया बी को हमने स्टेशनरी कर दिया उसको माइनस करके गल कर पूरी सर हमने माइनस कर दिया तो हमने फॉर्मूला डिराइव किया वी वेलोसिटी रिलेटिव वेलोसिटी ऑफ ए विद रिस्पेक्ट टू बी इज इक्वल टू बी ए माइनस बी बी तो हम सीधा सीधा नहीं कर सकते माइनस बी बी क्योंकि वो रेस्ट के मिलाने के लिए तो मैं जब टॉपिक शुरू किया मैं उदो शुरू जे गल की कि जो करन लगे इन न्यूमेरिकल वास्ते है असि रिलेटिव वेलोसिटी दा कोई न्यूमेरिकल करना एक बोर्ड दी 100 एक बोर्ड दी 70 स्पीड है जे दसो रिलेटिव वेलोसिटी ए दी विद रिस्पेक्ट टू बी किन्नी तुसी आंसर 30 बोलदा ओ बणिया किदा 30 मिलो ओदा भी ते एक मेथड बना दईए यस सर न्यूमेरिकल जे ते सिद्धे फार्मूले लाने आ पर ओ फार्मूला जनरेट कितों कीता असि कितों कांसेप्ट दित्ता कि भी सेम डायरेक्शन से ट्रैवल करती ऑब्जेक्ट की वेलोसिटी जब रिलेटिव करनी है तो माइनस करनी आ माइनस करने का मेथड आऊगा कि भी माइनस क्यों करनी पई ओके सर सेकंड है अगर तो इफ टू ऑब्जेक्ट्स आर ट्रैवलिंग इन opposite direction second case numerical the point of view of important hoega theek hai ji ich direction ik dhyan na samajh nahi aa hun je do object jehde ne assi shuru ch layiye ki a object te b object they are traveling in opposite direction te je ke opposite direction ch travel karde pe aa te already ik jehda va positive side te ik negative side te hoega yes yes sir ਇਹਦਾ ਮਤਲਬ ਜਿਵੇਂ ਇਹਨਾਂ ਡਾਇਰੈਕਸ਼ਨ ਦਾ ਰੂਲ ਆਪਾਂ ਇਹ ਲਗਾ ਲਈਏ ਕਿ ਲੈਫਟ ਲੈਫਟ ਟੂ ਰਾਈਟ ਪੋਜ਼ਿਟਿਵ ਆ ਇਹ ਮਤਲਬ ਵੀ VA ਮੇਰਾ ਪੋਜ਼ਿਟਿਵ ਤੇ VB ਮੇਰਾ ਨੈਗੇਟਿਵ ਹੋਏਗਾ ਜੀ ਯੈਸ ਸਰ ਆਪਾਂ ਸਪੋਜ਼ ਹੀ ਕਰਨਾ ਹੈਗਾ ਹਾਂਜੀ ਸਪੋਜ਼ ਜੀ ਜਿਹੜੀ ਕਨਵੈਨਸ਼ਨ ਆ ਤੁਸੀਂ ਕੋਈ ਨਾ ਕੋਈ ਸਾਈਨ ਕਨਵੈਨਸ਼ਨ ਲਾਉਂਗੇ ਨਾ ਕਿ ਕਿਹੜੀ ਸਾਈਡ ਨੂੰ ਤੁਸੀਂ ਪੋਜ਼ਿਟਿਵ ਲੈਣ ਲੱਗੇ ਤੇ ਕਿਹਨੂੰ ਨੈਗੇਟਿਵ ਆਪਾਂ ਸਟੈਂਡਰਡ ਰੂਲ ਲੈ ਲਿਆ ਕਿ ਵੀ ਸਟੈਂਡਰਡ ਰੂਲ ਚ ਲੈਫਟ ਟੂ ਰਾਈਟ ਪੋਜ਼ਿਟਿਵ ਤੇ ਰਾਈਟ ਟੂ ਲੈਫਟ ਜਿਹੜੀ ਉਹ ਨੈਗੇਟਿਵ ਆਪਾਂ ਉਹੀ ਰੂਲ ਇੱਥੇ ਲਾਇਆ ਆ ਸਪਲਾਈ ਕਰਾਂਗੇ Yes, yes sir. ਜੇ ਮੈਂ b ਆਬਜੈਕਟ ਦੀ ਟੋਟਲ ਵੈਲੋਸਿਟੀ ਕੱਢਾਂ ਤੇ b ਦੀ ਟੋਟਲ ਵੈਲੋਸਿਟੀ ਕਿੰਨੀ ਹੋਗੀ 0 0 0 ਜਿੰਨਾ ਇੱਕ ਲਿਖਦੀ ਹੈ ਤਰੀਕੇ ਦੀ ਜਿਹੜਾ ਆਬਜੈਕਟ b ਆ ਉਹ ਰੈਸਟ ਤੇ ਆ ਗਿਆ ਹੁਣ ਜੇ ਇਹ ਤੇ ਇਹੀ ਸੇਮ ਕਨਸੈਪਟ a ਤੇ ਵੀ ਅਪਲਾਈ ਕਰੋ
a equal velocity plus v a hegi si. Tusi enu kinni denni aa v plus v b plus v b plus v b. Asi a ni kahange ki ede opposite deo, eda ni kahange. Jis direction ch asi b nu supply kiti aa ose direction ch asi a te vi effect dekhna. ਇਹਦਾ ਮਤਲਬ ਜੇ ਮੈਂ a ਤੇ ਦੇਖਾਂ ਤੇ a ਕੋਲ ਆਪਣੀ ਵੈਲੋਸਿਟੀ ਪਲੱਸ b ਸੀਗੀ ਤੁਸੀਂ ਇਹਨੂੰ ਪਲੱਸ b ਦੀ ਵੈਲੋਸਿਟੀ ਹੋਰ ਸਪਲਾਈ ਕੀਤੀ ਹੁਣ ਜੇ ਮੈਂ a ਆਬਜੈਕਟ ਦੀ ਟੋਟਲ ਵੈਲੋਸਿਟੀ ਕੱਢਣੀ ਆ ਹੁਣ ਇਹ ਦੋਨੋਂ ਵੈਕਟਰ ਜਿਹੜੇ ਨੇ ਦੇ ਆਰ ਇਨ ਸੇਮ ਡਾਇਰੈਕਸ਼ਨ ਯੈਸ ਸਰ ਹਾਂਜੀ ਸਰ ਸੇਮ ਡਾਇਰੈਕਸ਼ਨ ਦੇ ਵੈਕਟਰ ਕੀ ਕਰੀਦੇ ਆ ਪਲੱਸ ਪਲੱਸ ਇਹਦਾ ਮਤਲਬ ਜੇ ਮੈਂ a ਦੀ ਟੋਟਲ ਵੈਲੋਸਿਟੀ ਲਿਖਾਂ ਠੀਕ ਹੈ ਜੀ ਤੇ a ਦੀ ਟੋਟਲ ਵੈਲੋਸਿਟੀ va plus vb ਬਣ ਜੂ ਯੈਸ ਸਰ ਹਾਂਜੀ ਸਰ ਯੈਸ ਸਰ ਜਿਹੜੀ a ਦੀ ਟੋਟਲ ਵੈਲੋਸਿਟੀ ਆ ਉਹਦਾ ਨਾਮ ਨਾ va ਡੈਸ਼ ਪੜ ਲਿਆ ਨਾਮ ਜੋ ਮਰਜ਼ੀ ਰੱਖ ਲਿਓ ਠੀਕ ਹੈ ਔਰ a ਦੀ ਟੋਟਲ ਵੈਲੋਸਿਟੀ ਕੱਢਣ ਲੱਗੇ ਤੁਸੀਂ ਦੋਨੋਂ ਆਬਜੈਕਟ ਦੀ ਵੈਲੋਸਿਟੀ ਨੂੰ ਐਡ ਕਰ ਲਿਆ ਹੁਣ ਆ a ਦੀ ਟੋਟਲ ਤੇ b ਦੀ ਟੋਟਲ 0 ਆ ਗਈ ਇਹਦਾ ਮਤਲਬ ਜੇ ਮੈਂ a ਦੀ ਟੋਟਲ ਵੈਲੋਸਿਟੀ ਨੂੰ b ਨਾਲ ਕੰਪੇਅਰ ਕਰਕੇ ਬੋਲਣਾ ਹੋਵੇ ਤੇ ਦੈਨ v ਕਾਲ ਕਹਿੰਦਾ ਜੀ ਦਿਸ ਇਜ਼ ਕਾਲਡ ਐਸ ਦਾ ਰੈਲੇਟਿਵ ਵੈਲੋਸਿਟੀ ਆਫ a ਵਿਦ ਰਿਸਪੈਕਟ ਟੂ b ਇਹਦਾ ਮਤਲਬ ਇਹ ਹੋ ਗਿਆ ਕਿ ਜੇ ਆਪਣੇ ਕੋਲ ਇੱਥੇ v ab ਦੀ ਵੈਲਿਊ v a plus v b ਕਰਕੇ ਬਣ ਜੂ ਯੈਸ ਸਰ ਯੈਸ ਸਰ ਨਿਊਮੈਰਿਕਲ ਇੱਕ ਨਿਊਮੈਰਿਕਲ ਬੋਲ ਰਿਹਾ ਇਹਦੇ ਵਾਸਤੇ ਕਹਿੰਦਾ ਜੀ ਮੰਨ ਲਓ ਕਿਦਾਂ ਕੁਐਸਚਨ ਇੱਦਾਂ ਲੈ ਲੈਂਦੇ ਦਿੱਲੀ ਔਰ ਅੰਬਾਲਾ ਠੀਕ ਹੈ ਦਿੱਲੀ ਔਰ ਅੰਬਾਲਾ ਇਹਦੇ ਵਿੱਚ 200 ਕਿਲੋਮੀਟਰ ਦਾ ਗੈਪ ਇੱਕ ਟ੍ਰੇਨ ਦਿੱਲੀ ਤੋਂ ਅੰਬਾਲਾ ਵੱਲ ਔਰ ਇੱਕ ਟ੍ਰੇਨ ਅੰਬਾਲਾ ਤੋਂ ਦਿੱਲੀ ਵੱਲ ਮੂਵ ਕਰਦੀ ਹੈ ਉਹਨੇ ਪੁੱਛਿਆ ਜੀ ਇਨ ਵਟ ਟਾਈਮ ਠੀਕ ਹੈ ਵਿਦ ਦ ਟੂ ਟ੍ਰੇਨ ਦੇ ਕੰਪਲੀਟ ਕ੍ਰੋਸ ਈਚ ਅਦਰ ਕਿਸ ਟਾਈਮ ਤੇ ਜਾ ਕੇ ਦੋ ਟ੍ਰੇਨ ਜਿਹੜੀਆਂ ਕ੍ਰੋਸ ਕਰਦੀਆਂ ਆਪਾਂ ਕਿੱਥੇ ਕਰਨਾ ਰਿਹਾ ਕਿ ਇੱਕ ਟ੍ਰੇਨ ਦਿੱਲੀ ਤੋਂ ਅੰਬਾਲਾ ਠੀਕ ਹੈ ਜੀ ਇਹ ਚੱਲਦੀ 40 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਇਧਰੋਂ ਜਿਹੜੀ ਟ੍ਰੇਨ ਆ ਕੇ ਚੱਲਦੀ ਮੰਨ ਲਓ ਮੇਕੋ ਜਿਹੜੀ ਐਸ ਐਚ 30 ਕਿਲੋਮੀਟਰ ਪਰ ਆਵਰ ਦੀ ਸਪੀਡ ਜੋ ਮਰਜੀ ਵੈਲਿਊਸ ਬੋਲ ਔਰ ਟੋਟਲ ਗੈਪ ਜਿਹੜਾ ਦੋਨਾਂ ਦੇ ਵਿੱਚ ਆ ਉਹ ਮੰਨ ਲਓ 210 ਕਿਲੋਮੀਟਰ ਕੀ ਇਹਦੀ ਗੱਲ ਸਮਝ ਲੱਗਦੀ ਵੀ ਯੈਸ ਸਰ ਯੈਸ ਸਰ ਹੁਣ ਉਹਨੇ ਆਪਾਂ ਨੂੰ ਪੁੱਛਿਆ ਇਹ ਇਸ ਕੁਐਸਚਨ ਦੇ ਅੰਦਰ ਉਹ ਕਹਿੰਦਾ ਜੀ ਇਨ ਵਟ ਟਾਈਮ ਦ ਟੂ ਟ੍ਰੇਨ ਦੇ ਕੰਪਲੀਟ ਕ੍ਰੋਸ ਈਚ ਅਦਰ ਜੇ ਮੈਂ ਇਦਾਂ ਕਹਾਂ ਕਿ ਵੀ ਮੰਨ ਲਓ ਇਹਦੇ ਵਿੱਚ ਜਿਹੜੀ ਆ ਟ੍ਰੇਨ ਅੰਬਾਲਾ ਤੋਂ ਚੱਲਦੀ ਇਹ ਨਹੀਂ ਚੱਲਦੀ ਇਹ ਵੈਸਟ ਵਿੱਚ ਤੇ ਫਿਰ ਆ ਟ੍ਰੇਨ ਜਿਹੜੀ ਆ 40 ਦੀ ਸਪੀਡ ਨਾਲ 210 ਕਿਲੋਮੀਟਰ ਕਵਰ ਕਰੇਗੀ ਜਦੋਂ ਤੇ ਇਹਨੇ ਐਸਚ ਇੱਥੇ ਅੰਬਾਲਾ ਜਾ ਕੇ ਉਹਨੂੰ ਮੀਟ ਕਰਨਾ ਹਨਾ ਮਤਲਬ ਇਹ ਟ੍ਰੇਨ ਜਿਹੜੀ ਤੁਰੀ ਨਹੀਂ ਇਹਦਾ ਮਤਲਬ ਫਿਰ ਦਿੱਲੀ ਵਾਲੀ ਟ੍ਰੇਨ 210 ਕਿਲੋਮੀਟਰ ਕੱਲਾ ਕਵਰ ਕਰੇਗੀ ਠੀਕ ਹੈ ਫਿਰ ਉਹ ਇੱਥੇ ਜਾ ਕੇ ਅੰਬਾਲੇ ਨੂੰ ਮਿਲੂ ਜੇ ਅੰਬਾਲੇ ਵਾਲੀ ਟ੍ਰੇਨ ਚੱਲੀ ਆ ਦਿੱਲੀ ਵਾਲੀ ਨਹੀਂ ਚੱਲੀ ਤੇ ਇਹਦਾ ਮਤਲਬ ਇਹ ਟ੍ਰੇਨ 210 ਕਿਲੋਮੀਟਰ ਕਵਰ ਕਰੂ ਪਰ ਜੇ ਦੋਨੋਂ ਟ੍ਰੇਨ ਸਾਈਮਲਟੇਨੀਅਸਲੀ ਓਪੋਜ਼ਿਟ ਡਾਇਰੈਕਸ਼ਨ ਜੋ ਟਰੈਵਲ ਕਰਦੀਆਂ ਵੀ ਆ ਤੇ ਕਿਆ ਇਹਨਾਂ ਦੋਨਾਂ ਨੂੰ ਮਿਲ ਕੇ ਓਨਾ ਹੀ ਟਾਈਮ ਲੱਗੂ ਜਿਹੜਾ ਟਾਈਮ ਇੰਡੀਵਿਜੂਅਲ ਟ੍ਰੇਨ ਨੂੰ ਲੱਗਿਆ ਸੀ ਕਿ ਘੱਟ ਲੱਗੂ ਕਿ ਜ਼ਿਆਦਾ ਲੱਗੂ ਫਿਰ ਘੱਟ ਲੱਗੂ ਸਰ ਅੱਧਾ ਲੱਗੂ ਅੱਧਾ ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਦੋ ਆਬਜੈਕਟ ਮੇਰੇ ਕੋਲ ਜਦੋਂ ਟਰੈਵਲ ਕਰਦੇ ਪਏ ਆ ਠੀਕ ਹੈ ਔਰ ਅਸੀਂ ਇਸ ਮੂਵਮੈਂਟ ਦੇ ਟਾਈਮ ਕੈਲਕੂਲੇਟ ਕਰਨਾ ਹੋਵੇ ਇਸ ਨਿਊਮੈਰੀਕਲ ਦੇ ਅੰਦਰ ਠੀਕ ਹੈ ਜੀ ਆਪਣਾ ਸੈਕਿੰਡ ਕੇਸ ਹੈਗਾ ਜੇ ਮੈਂ ਇਸ ਕੇਸ ਅੰਦਰ ਟਾਈਮ ਕੱਢਣਾ ਟਾਈਮ ਦਾ ਜਿਹੜਾ ਫਾਰਮੂਲਾ ਲੈ ਰਿਹਾ ਇਹ ਇੱਕ ਵਰਡ ਸਮਝੋ ਧਿਆਨ ਨਾਲ ਟਾਈਮ ਇਕੁਅਲ ਟੂ ਡਿਸਟੈਂਸ ਕਵਰਡ ਬਾਈ ਦਾ ਟੂ ਟ੍ਰੇਨ ਡਿਵਾਈਡਡ ਬਾਈ ਰੈਲੇਟਿਵ ਵੈਲੋਸਿਟੀ ਇੱਥੇ ਕੱਲਾ ਵਰਡ ਵੈਲੋਸਿਟੀ ਨਹੀਂ ਆਇਆ ਹੁਣ ਠੀਕ ਹੈ ਰੈਲੇਟਿਵ ਕਿਉਂਕਿ ਜਦੋਂ ਦੋਨੋਂ ਟ੍ਰੇਨ ਚੱਲ ਪਈਆਂ ਹਨਾ ਸਾਈਮਲਟੇਨੀਅਸਲੀ ਆ ਡਿਸਟੈਂਸ ਕਵਰ ਕਰਦੀਆਂ ਪਈਆਂ ਤੇ ਇਹਦਾ ਮਤਲਬ ਆ ਕਿ ਦੋਨਾਂ ਦੀ ਵੈਲੋਸਿਟੀ ਮਿਲ ਕੇ ਉਹ ਡਿਸਟੈਂਸ ਨੂੰ ਕਵਰ ਕਰਾ ਰਹੀ ਆ ਯੈਸ ਸਰ ਯੈਸ ਸਰ ਯੈਸ ਸਰ ਇਹਦਾ ਮਤਲਬ ਹੈ ਇਸ ਕੇਸ ਦੇ ਅੰਦਰ ਠੀਕ ਹੈ ਦੋਨੇ ਆਬਜੈਕਟ ਕਿਉਂਕਿ ਓਪੋਜ਼ਿਟ ਡਾਇਰੈਕਸ਼ਨ ਚ ਟਰੈਵਲ ਕਰ ਰਹੇ ਇਸ ਲਈ ਉਹਨਾਂ ਦੋਨਾਂ ਦੀ ਵੈਲੋਸਿਟੀ ਐਡ ਕਰਕੇ ਜਿੰਨੀ ਟੋਟਲ ਹੋਏਗੀ ਉਸ ਵੈਲੋਸਿਟੀ ਨਾਲ ਇਹ ਮਿਲ ਕੇ ਡਿਸਟੈਂਸ ਨੂੰ ਕਵਰ ਕਰ ਰਹੇ ਯੈਸ ਸਰ ਯੈਸ ਸਰ ਜੇ ਇਸ ਕੇਸ ਦੇ ਅੰਦਰ ਮੈਂ ਟਾਈਮ ਕੱਢਣਾ ਡਿਸਟੈਂਸ ਮੇਰਾ 210 ਕਿਲੋਮੀਟਰ ਹੋ ਗਿਆ ਤੇ ਵੈਲੋਸਿਟੀ ਮੇਰੀ ਰੈਲੇਟਿਵ ਜਿਹੜੀ ਹੋਏਗੀ ਦੋਨਾਂ ਨੂੰ ਪਲੱਸ ਕਰਕੇ ਆ ਇਹਦਾ ਮਤਲਬ 70 ਦੇ ਸਪੀਡ ਨਾਲ ਦੋਨੋਂ ਮਿਲ ਕੇ ਕਵਰ ਕਰ ਰਹੇ ਠੀਕ ਹੈ ਯਾਨੀ 3 hours baad ਦੋਨੋਂ ਟ੍ਰੇਨ ਰਸਤੇ 'ਚ ਕਿਸੇ ਪੁਆਇੰਟ ਤੇ ਮਿਲੀਆਂ ਹੋਣਗੀਆਂ ਕਿਆ ਇਹਨੀ ਗੱਲ ਕਲੀਅਰ ਆ ਯੈਸ ਸਰ ਯੈਸ ਸਰ ਸੋ ਜਦੋਂ ਤੁਹਾਡੇ ਕੋਲ ਦੋ ਆਬਜੈਕਟ ਜਿਹੜੇ ਆ ਉਹ ਸੇਮ ਡਾਇਰੈਕਸ਼ਨ 'ਚ ਟਰੈਵਲ ਕਰਦੇ ਜਦੋਂ ਦੋ ਆਬਜੈਕਟ ਸੇਮ ਡਾਇਰੈਕਸ਼ਨ 'ਚ ਟਰੈਵਲ ਕਰਦੇ ਤੇ ਉਹਨਾਂ ਦੀ ਰੈਲੇਟਿਵ ਵੈਲੋਸਿਟੀ ਜਿਹੜੀ ਆ ਉਹ ਮਾਈਨਸ ਕਰਕੇ ਨਿਕਲਦੀ ਆ
ਤੇ ਜੇ ਦੋ ਆਬਜੈਕਟ ਓਪੋਜ਼ਿਟ ਡਾਇਰੈਕਸ਼ਨ ਚ ਟਰੈਵਲ ਕਰਦੇ ਤੇ ਉਹਦੀ ਰਿਲੇਟਿਵ ਵੈਲੋਸਿਟੀ ਦੋਨਾਂ ਵੈਲੋਸਿਟੀ ਨੂੰ ਐਡ ਕਰਕੇ ਨਿਕਲਦੀ ਹੈ। ਕਿਆ ਇਹ ਗੱਲ ਸਮਝ ਲੱਗੀ? ਯੈਸ ਸਰ। ਯੈਸ ਯੈਸ ਸਰ। ਮੈਂ ਬੋਲ ਰਿਹਾ ਦਿਮਾਗ 'ਚ ਰੱਖਿਓ, ਮੰਨ ਲਓ ਦੋ ਬੋਟਸ ਨੇ, ਕਹਿੰਦਾ ਜੀ ਦੋ ਬੋਟ ਮੇਰੇ ਕੋਲ ਵਾਟਰ ਦੇ ਵਿੱਚ ਮੂਵ ਕਰਦੀਆਂ ਪਈਆਂ, ਵਾਟਰ ਵੀ ਫਲੋ ਕਰਦਾ ਪਿਆ। ਇੱਕ ਵਾਰੀ ਦੋਨੋਂ ਬੋਟ ਜਿਹੜੀਆਂ ਨੇ ਪਾਣੀ ਦੀ ਡਾਇਰੈਕਸ਼ਨ 'ਚ ਚੱਲਦੀਆਂ ਤੇ ਇੱਕ ਵਾਰੀ ਦੋਨੋਂ ਬੋਟ ਪਾਣੀ ਤੋਂ ਓਪੋਜ਼ਿਟ ਡਾਇਰੈਕਸ਼ਨ 'ਚ ਆ ਰਹੀਆਂ। ਠੀਕ ਹੈ ਜੀ, ਵਾਟਰ ਦੀ ਸਪੀਡ ਦਾ ਕੀ ਇਫੈਕਟ ਗਿਣਾਉਂਦਾ ਮੈਂ? ਵਾਟਰ ਦੀ ਸਪੀਡ ਦਾ ਬੋਟ ਏ ਜਿਹੜੀ ਕਿ ਪਾਣੀ ਦੀ ਡਾਇਰੈਕਸ਼ਨ 'ਚ ਇੱਕ ਵਾਰੀ ਬੋਟ ਚੱਲੀ ਆ, ਉਦੋਂ ਵਾਟਰ ਦੀ ਸਪੀਡ ਦਾ ਪਾਣੀ ਦੀ ਸਪੀਡ ਉੱਤੇ ਬੋਟ ਦੀ ਸਪੀਡ ਤੇ ਕੀ ਇਫੈਕਟ ਹੋਏਗਾ? ਸਰ ਬੋਟ ਵੀ ਤੇਜ਼ ਹੋ ਜਾਏਗਾ। ਐਡ ਹੋ ਗਿਆ, ਸਪੀਡ ਵੱਧ ਜਾਏਗੀ। ਸਪੀਡ ਵਧੂਗੀ, ਮਤਲਬ ਇਹ ਹੋ ਗਿਆ ਪਾਣੀ ਦੀ ਵੈਲੋਸਿਟੀ ਬੋਟ ਦੀ ਵੈਲੋਸਿਟੀ 'ਚ ਐਡ ਹੋਊਗੀ। ਯੈਸ ਯੈਸ ਸਰ। ਕਦੋਂ? ਸੇਮ ਡਾਇਰੈਕਸ਼ਨ 'ਚ, ਜਦੋਂ ਸੇਮ ਡਾਇਰੈਕਸ਼ਨ, ਯਾਨੀ ਜਦੋਂ ਬੋਟ ਤੇ ਪਾਣੀ ਦੋਨੋਂ ਸੇਮ ਡਾਇਰੈਕਸ਼ਨ 'ਚ ਆ ਉਦੋਂ ਵੈਲੋਸਿਟੀ ਐਡ ਹੋਈ ਨਾ? ਯੈਸ ਸਰ। ਠੀਕ ਹੈ, ਤੇ ਜਦੋਂ ਪਾਣੀ ਤੋਂ ਓਪੋਜ਼ਿਟ ਚੱਲੀ ਆ ਤੇ ਉਦੋਂ ਬੋਟ ਦੀ ਸਪੀਡ 'ਚੋਂ ਪਾਣੀ ਦੀ ਸਪੀਡ ਮਾਈਨਸ ਹੋਈ। ਇਹਦੇ ਯੈਸ ਸਰ। ਹੁਣ ਇੱਥੇ ਇੱਕ ਫਰਕ ਕੀ ਆਣ ਲੱਗਿਆ? ਤੁਸੀਂ ਦੋ ਵਰਡ ਦਿਮਾਗ ਚ ਰੱਖੋਗੇ, ਤੁਸੀਂ ਰਿਜ਼ਲਟੈਂਟ ਵੈਲੋਸਿਟੀ ਕੱਢ ਰਹੇ ਹੋ ਕਿ ਰਿਲੇਟਿਵ ਵੈਲੋਸਿਟੀ? ਅਸੀਂ ਇਹ ਰਿਲੇਟਿਵ ਰਿਜ਼ਲਟੈਂਟ ਵੈਲੋਸਿਟੀ ਕੱਢਣੀ ਆ, ਰਿਜ਼ਲਟੈਂਟ ਤੇ ਦੋ ਆਬਜੈਕਟ ਹਨਾ। ਮੈਂ ਅੱਗੇ ਨੂੰ ਭੱਜਦਾ ਪਿਆ ਸੀ, ਹਵਾ ਵੀ ਮੇਰੇ ਵਾਲੇ ਪਾਸੇ ਨੂੰ ਚੱਲਦੀ ਪਈ ਤੇ ਹਵਾ ਦੀ ਸਪੀਡ ਮੇਰੀ ਸਪੀਡ 'ਚ ਐਡ ਹੋ ਕੇ ਮਾਈਨਸ ਹੋ? ਸਰ ਐਡ ਐਡ ਹੋਊਗੀ। ਇਹਦਾ ਮਤਲਬ ਜੇ ਮੇਰੀ ਟੋਟਲ ਵੈਲੋਸਿਟੀ ਕੱਢਣੀ ਹੋਵੇ, ਰਿਜ਼ਲਟੈਂਟ ਵੈਲੋਸਿਟੀ ਕੱਢਣੀ ਹੋਵੇ, ਤੇ ਫਿਰ ਉਸ ਮੂਮੈਂਟ ਤੇ ਸੇਮ ਡਾਇਰੈਕਸ਼ਨ 'ਚ ਦੋ ਵੈਲੋਸਿਟੀ ਪਲੱਸ ਹੁੰਦੀਆਂ। ਪਰ ਜੇ ਮੈਂ ਰਿਲੇਟਿਵ ਵੈਲੋਸਿਟੀ ਕੱਢਣੀ ਹੋਵੇ, ਮੈਂ ਭੱਜਦਾ ਹੋਵਾਂ, ਮੇਰੇ ਨਾਲ ਇੱਕ ਹੋਰ ਜਣਾ ਭੱਜਦਾ ਹੋਵੇ, ਠੀਕ ਹੈ, ਉਦੋਂ ਮੇਰੀ ਉਹਦੀ ਵੈਲੋਸਿਟੀ ਦਾ ਕੋਈ ਵੀ ਸਿੱਧਾ ਸਿੱਧਾ ਇਫੈਕਟ ਮੇਰੇ 'ਤੇ ਨਹੀਂ ਹੋਣਾ। ਹਾਂ, ਪਰ ਮੇਰੀ ਵੈਲੋਸਿਟੀ ਤੇ ਉਹਦੀ ਵੈਲੋਸਿਟੀ ਆਪਸ 'ਚ ਕੰਪੇਅਰ ਹੋ ਸਕਦੀ ਹੈ। ਆ ਗੱਲ ਸਮਝ ਲੱਗੀ ਤੇ ਬੋਲੀ ਮੈਂ? ਇਸ ਲਈ ਦਿਮਾਗ 'ਚ ਰੱਖੀਓ, ਨਮੈਰੀਕਲ ਕਰਦੇ ਹੋਏ, ਮੰਨ ਲਓ ਮੈਂ ਇੱਕ ਬੁਲਟ ਫਾਇਰ ਕਰਨੀ ਆ, ਠੀਕ ਹੈ, ਜੀਪ ਜਿੱਥੋਂ ਮੈਂ ਬੈਠ ਕੇ ਬੁਲਟ ਫਾਇਰ ਕਰਨ ਲੱਗੇ, ਉਹ ਜੀਪ ਅੱਗੇ ਨੂੰ ਭੱਜਦੀ ਪਈ ਸੀ, ਤੇ ਉਦੋਂ ਜਿਹੜੀ ਜੀਪ ਦੀ ਵੈਲੋਸਿਟੀ ਤੇ ਬੁਲਟ ਦੀ ਵੈਲੋਸਿਟੀ ਇਹ ਐਡ ਹੋਏਗੀ। ਪਰ ਜੇ ਮੈਂ ਇਹ ਕਹਾਂ ਮੈਂ ਬੁਲਟ ਫਾਇਰ ਕੀਤੀ, ਇੱਕ ਕਹਿੰਦਾ ਜੀ ਮੋਟਰਸਾਈਕਲ ਜਿਹੜਾ ਮੇਰੇ ਤੋਂ ਅੱਗੇ ਭੱਜਦਾ ਪਿਆ, ਠੀਕ ਹੈ ਨਾ, ਉਦੋਂ ਬੁਲਟ ਤੇ ਮੋਟਰਸਾਈਕਲ ਸੇਮ ਡਾਇਰੈਕਸ਼ਨ 'ਚ ਆ, ਪਰ ਇਹ ਐਡ ਨਹੀਂ ਹੋਣੀਆਂ, ਇਹ ਰਿਲੇਟਿਵ ਵੈਲੋਸਿਟੀ ਦਾ ਕੇਸ ਬਣਨਾ। ਸੋ ਤੁਹਾਨੂੰ ਦੋ ਵਰਡ ਦਿਮਾਗ 'ਚ ਰੱਖਣੇ ਪਊਗੇ ਕਿ ਤੁਹਾਡੇ ਗਿਵਨ ਕੁਐਸਚਨ ਦੇ ਅੰਦਰ ਉਹ ਰਿਜ਼ਲਟੈਂਟ ਵੈਲੋਸਿਟੀ ਦਾ ਕਨਸੈਪਟ ਆ ਕਿ ਰਿਲੇਟਿਵ ਦਾ। ਜੇ ਰਿਜ਼ਲਟੈਂਟ ਵੈਲੋਸਿਟੀ ਆ ਤਾਂ ਰਿਜ਼ਲਟੈਂਟ ਵੈਲੋਸਿਟੀ ਸੇਮ ਡਾਇਰੈਕਸ਼ਨ 'ਚ ਪਲੱਸ ਤੇ ਓਪੋਜ਼ਿਟ ਡਾਇਰੈਕਸ਼ਨ 'ਚ ਮਾਈਨਸ ਹੁੰਦੀਆਂ, ਤੇ ਜੇ ਰਿਲੇਟਿਵ ਵੈਲੋਸਿਟੀ ਆ ਫਿਰ ਸੇਮ ਡਾਇਰੈਕਸ਼ਨ 'ਚ ਮਾਈਨਸ ਤੇ ਓਪੋਜ਼ਿਟ ਡਾਇਰੈਕਸ਼ਨ 'ਚ ਪਲੱਸ ਹੁੰਦੀਆਂ। ਕਿਆ ਰਿਜ਼ਲਟੈਂਟ ਔਰ ਰਿਲੇਟਿਵ ਦਾ ਡਿਫਰੈਂਸ ਸਮਝ ਲੱਗਿਆ? ਯੈਸ ਸਰ। ਸਾਰਿਆਂ ਨੂੰ ਇੰਨੀ ਗੱਲ ਕਲੀਅਰ ਆ? ਸਰ ਇੱਕ ਹੋਰ ਛੋਟੀ ਸੀ ਐਗਜ਼ਾਮਪਲ ਦੇ ਕੇ ਸਮਝਾ ਦੋ ਮਾੜਾ ਸਾਂ। ਹੋਰ ਦੱਸ ਕੀ ਐਗਜ਼ਾਮਪਲ ਦਵਾਂ, ਜਿੰਨੀ ਮਰਜ਼ੀ ਜੋੜੀ ਚੱਲ। ਹੈ ਜੇ ਤੂੰ ਆਪਾਂ ਇਹਦਾ ਲੈ ਲੈਣੇ ਕਿ ਤੂੰ ਭੱਜਦਾ ਪਿਆ, ਠੀਕ ਹੈ ਜੀ, ਤੇ ਨਾਲ ਮੈਂ ਤੇਰੇ ਮੋਟਰਸਾਈਕਲ ਦੇ ਉੱਤੇ ਕਹਿੰਦਾ ਜੀ ਨਾਲ ਮੈਂ ਵੀ ਦੌੜ ਲਾ ਰਿਹਾ, ਤੇ ਉਦੋਂ ਤੇਰੀ ਵੈਲੋਸਿਟੀ ਤੇ ਮੇਰੀ ਵੈਲੋਸਿਟੀ ਜਿਹੜੀ ਆ ਉਹ ਆਪਸ 'ਚ ਕੰਪੇਅਰ ਹੋ ਸਕਦੀ, ਪਰ ਮੇਰੀ ਵੈਲੋਸਿਟੀ ਦਾ ਕੋਈ ਇਫੈਕਟ ਤੇਰੇ 'ਚ ਐਡ ਨਹੀਂ ਹੋਣਾ, ਠੀਕ ਹੈ ਨਾ। ਇਹਦਾ ਮਤਲਬ ਉਦੋਂ ਤੇਰੀ ਵੈਲੋਸਿਟੀ ਤੇ ਮੇਰੀ ਵੈਲੋਸਿਟੀ ਕੰਪੈਰੇਟਿਵ ਆ, ਉਹ ਰਿਲੇਟਿਵ ਵੈਲੋਸਿਟੀ ਆ। ਪਰ ਜੇ ਮੈਂ ਐਸ ਐਚ ਮੋਟਰਸਾਈਕਲ ਤੇ ਭੱਜਦਾ ਪਿਆ ਤੇ ਤੂੰ ਉਸੇ ਮੋਟਰਸਾਈਕਲ ਤੇ ਮਗਰ ਬਹਿ ਗਿਆ, ਤੇ ਫਿਰ ਮੋਟਰਸਾਈਕਲ ਦੀ ਵੈਲੋਸਿਟੀ ਤੇ ਤੇਰੀ ਵੈਲੋਸਿਟੀ, ਚਲੋ ਇਹ ਥੋੜਾ ਚੇਂਜ ਕਰਨਾ, ਠੀਕ ਹੈ, ਬਹਿ ਲੱਗੀ ਸਮਝ, ਇਫੈਕਟ ਨਹੀਂ ਆਏਗਾ। ਜੇ ਤੂੰ ਭੱਜਦਾ ਪਿਆ, ਠੀਕ ਹੈ, ਤੇ ਮੈਂ ਤੈਨੂੰ ਐਸ ਐਚ ਕੀ ਕਰਦਾ ਪਿਆ ਨਾਲੋਂ ਨਾਲ ਪਿੱਛੋਂ ਦੀ ਧੱਕਾ ਮਾਰ ਕੇ ਤੈਨੂੰ ਉਸੇ ਪਾਸੇ ਨੂੰ ਹੋਰ ਜ਼ੋਰ ਲਾ ਰਿਹਾ, ਤੇ ਉਦੋਂ ਜਿਹੜੀ ਵੈਲੋਸਿਟੀ ਮੈਂ ਤੈਨੂੰ ਪ੍ਰੋਵਾਈਡ ਕੀਤੀ ਪਲੱਸ ਤੇਰੀ ਆਪਣੀ, ਉਹ ਸੇਮ ਡਾਇਰੈਕਸ਼ਨ 'ਚ ਰਿਜ਼ਲਟੈਂਟ ਦਾ ਕੇਸ ਬਣਾਊਗੀ? ਯੈਸ ਸਰ। ਤੂੰ ਇਹ ਧਿਆਨ ਰੱਖ ਕੇ ਚੱਲੂਗੇ ਕਿ ਜਿਹੜਾ ਗਿਵਨ ਕੇਸ ਆ ਉਹ ਰਿਜ਼ਲਟੈਂਟ ਦਾ ਕਿ ਰਿਲੇਟਿਵ ਦਾ। ਕਿਆ ਇੰਨੀ ਗੱਲ ਕਲੀਅਰ ਆ? ਯੈਸ ਸਰ। ਹੁਣ ਅਗਲਾ ਵਾਰ ਧਿਆਨ ਨਾਲ ਸਮਝਣ ਵਾਲਾ ਸਮਝਿਓ, ਉਹਨੂੰ ਇੱਥੇ ਜਿਹੜੀ ਰਿਜ਼ਲਟ ਆਪਣੀ ਰਿਲੇਟਿਵ ਵੈਲੋਸਿਟੀ ਆਈ ਆ ਹਨਾ, ਇਹਦਾ ਸਾਈਨ ਕੀ ਹੋਏਗਾ? ਰਿਲੇਟਿਵ ਵੈਲੋਸਿਟੀ VAB ਪਲੱਸ ਲਵਾਂ ਕਿ ਮਾਈਨਸ ਲਵਾਂ? ਤੇ ਉਹਦੇ ਲਈ ਆ ਲਾਈਨ ਇੰਪੋਰਟੈਂਟ ਆ, ਤੁਸੀਂ ਰਿਲੇਟਿਵ ਕੱਢਣੀ ਕਿਹਦੀ ਆ? ਆਪਾਂ ਰਿਲੇਟਿਵ A ਦੀ ਕੱਢਦੇ ਪਏ ਤੇ ਕਿ B ਦੀ ਕੱਢਦੇ? ਕਹਿੰਦਾ ਵੀ ਜਿਹਦੀ ਰਿਲੇਟਿਵ ਵੈਲੋਸਿਟੀ ਕੈਲਕੂਲੇਟ ਕਰ ਰਹੇ ਹੋਵਾਂਗੇ ਨਾ, ਉਹਦਾ ਸਾਈਨ VAB ਦਾ ਹੋਵੇਗਾ।
जे मैं एस वेले कहां तो वी आर कैलकुलेटिंग द रिलेटिव वेलोसिटी ऑफ ए विद रिस्पेक्ट टू बी ते एदा मतलब जो ए दी वेलोसिटी दा साइन होएगा ओही एदी रिलेटिव वेलोसिटी दा साइन होएगा यानी इतने बी ए बी दी वैल्यू मान लो एक 40 सी एक 30 सी आ एक 40 सी एक 30 सी जेडी टोटल बनी 70 बनी 70 प्लस का लवां के माइनस का लवां कहना जी प्लस ए दा साइन जे ऐसे दे पॉजिटिव आ ते इसलिए ओदी रिलेटिव दा साइन भी पॉजिटिव ਇਹਦਾ ਦੂਜਾ ਕੇਸ ਬਣਾ ਲਈ ਇਹਦਾ ਸੈਕਿੰਡ ਕੇਸ ਇਹ ਬਣਾ ਰਿਹਾ ਕਿ ਜੇ ਮੰਨ ਲਓ ਆਪਾਂ ਇਹਨਾਂ ਲੈ ਲਈਏ ਕਿ ਯੂ ਆਰ ਕੈਲਕੂਲੇਟਿੰਗ ਰਿਲੇਟਿਵ ਵੈਲੋਸਿਟੀ ਆਫ b ਵਿਦ ਰਿਸਪੈਕਟ ਟੂ a ਇਸੇ ਕੇਸ ਦੇ ਅੰਦਰ ਮੈਂ ਰਿਲੇਟਿਵ b ਦੀ ਕੱਢਣੀ ਆ a ਦੇ ਰਿਸਪੈਕਟਿਵਲੀ ਤੇ ਉਸ ਮੂਮੈਂਟ ਤੇ ਮੇਰੇ ਕੋਲ ਕੀ ਕਿਤਾ ਦੀ ਆ ਰਿਹਾ ਹੁਣ ਜੇ a ਆਬਜੈਕਟ ਮੇਰੇ ਕੋਲ ਫਾਰਵਰਡ ਚੱਲਦਾ ਪਿਆ ਠੀਕ ਹੈ ਔਰ b ਆਬਜੈਕਟ ਮੇਰੇ ਕੋਲ ਬੈਕਵਰਡ ਚੱਲਦਾ ਪਿਆ ਇਹਦੀ ਵੈਲੋਸਿਟੀ ਮਾਈਨਸ ਵੀ ਵੀ ਔਰ ਸਟਿਲ ਸਾਈਨ ਕਨਵੈਨਸ਼ਨ ਹੋਈ ਆ ਕਿ ਲੈਫਟ ਟੂ ਰਾਈਟ ਪੋਜ਼ਿਟਿਵ ਤੇ ਰਾਈਟ ਟੂ ਲੈਫਟ ਨੈਗੇਟਿਵ ਠੀਕ ਹੈ ਤੇ ਜੇ ਹੁਣ ਮੈਂ ਰਿਲੇਟਿਵ b ਦੀ ਕੱਢਣੀ ਵਿਦ ਰਿਸਪੈਕਟ ਟੂ a ਇਹਨੂੰ ਰੈਸਟ ਤੇ ਲਿਆਣਾ ਆਪਾਂ ਸਰ a ਨੂੰ ਤੇ a ਨੂੰ ਰੈਸਟ ਤੇ ਲੈ ਕੇ ਆਣ ਦੀ ਜਿੰਨੀ ਵੈਲੋਸਿਟੀ a ਦੀ ਫਾਰਵਰਡ ਹੈਗੀ ਆ ਪਲੱਸ b ਇਹਦੇ ਬਰਾਬਰ ਦੀ ਇਹਨੂੰ ਵੈਲੋਸਿਟੀ ਮਾਈਨਸ b ਇਹ ਬੈਕਵਰਡ ਦੇ ਦਾਂਗੇ ਯੈਸ ਸਰ a ਦੀ ਟੋਟਲ ਵੈਲੋਸਿਟੀ ਕਿੰਨੀ ਬਣ ਗਈ जीरो जीरो यानी a मेरा जड़ा वा वो एट रेस्ट आ गया हुन इतना ही b दी कडो b इक्वल सर -10 b इक्वल पहले तो वेलोसिटी कितनी आ सर 30 वो माइनस 30 लगाएंगे केडी 20 आ गई तेरी आपा b दी वेलोसिटी कितनी बननी आ -30 सर -vb -vb ਤੇ ਆਪਾਂ ਐਸ ਸੱਚ ਜਦੋਂ b ਕੋਲ -b ਦੀ ਵੈਲੋਸਿਟੀ ਹੈਗੀ ਸੀਗੀ ਅਸੀਂ ਇਹਨੂੰ ਆਪਣੇ ਕੋਲੋਂ ਕਿੰਨੀ ਦੇਣੀ ਆ -va ਇਹਦਾ ਮਤਲਬ -va ਵੀ ਇਸੇ ਪਾਸੇ ਨੂੰ ਦੇਣੀ ਹੁਣ ਜੇ ਮੈਂ b ਦੀ ਟੋਟਲ ਕੱਢਾਂ ਤੇ b ਦੀ ਟੋਟਲ ਵੈਲੋਸਿਟੀ ਕਿੰਨੀ ਬਣੀ -va -vb -of va -vb ਲਿਖਦੀ ਹੈ ਯੈਸ ਸਰ ਹਨਾ ਯਾਨੀ ਉੱਥੇ ਵੀ ਪਲੱਸ ਹੋਈ ਆ ਇੱਥੇ ਵੀ ਪਲੱਸ ਹੋਈ ਆ ਪਰ ਇੱਕ ਫਰਕ ਹੈਗਾ ਉੱਥੇ ਰਿਲੇਟਿਵ ਦਾ ਸਾਈਨ ਪੋਜ਼ਿਟਿਵ ਆਇਆ ਇੱਥੇ ਰਿਲੇਟਿਵ ਵੈਲੋਸਿਟੀ ਜਿਹੜੀ ਆਪਾਂ ਕੱਢੀ ਆ ਉਹ b ਦੀ ਕੈਲਕੂਲੇਟ ਕੀਤੀ ਵਿਦ ਰਿਸਪੈਕਟ ਟੂ a ਤੇ ਆਲਰੇਡੀ b ਦੀ ਡਾਇਰੈਕਸ਼ਨ ਨੈਗੇਟਿਵ ਆ ਆਲਰੇਡੀ b ਦੀ ਡਾਇਰੈਕਸ਼ਨ ਨੈਗੇਟਿਵ ਸੀ ਤੇ ਜੇ b ਦੀ ਡਾਇਰੈਕਸ਼ਨ ਨੈਗੇਟਿਵ ਆ ਤੇ ਤੁਹਾਡੀ ਰਿਲੇਟਿਵ ਵੈਲੋਸਿਟੀ ਦਾ ਸਾਈਨ ਵੀ ਨੈਗੇਟਿਵ ਹੋਵੇਗਾ ਕਿ ਆ ਗੱਲ ਕਲੀਅਰ ਆ ਯੈਸ ਯੈਸ ਸਰ ਆਨਸਰ ਰੱਖਿਓ ਮੰਨ ਲਓ ਕੋਈ ਨਿਊਮੈਰੀਕਲ ਹੈਗਾ ਠੀਕ ਹੈ ਜੀ ਆਹੀ ਕੁਐਸਚਨ ਇਹੀ ਮੇਰਾ ਨਿਊਮੈਰੀਕਲ ਹੋਵੇ ਠੀਕ ਹੈ ਇਦਾਂ ਦਾ ਕੋਈ ਕੁਐਸਚਨ ਉਹਨੇ ਕਹਿਤਾ ਉੱਚ ਰਿਲੇਟਿਵ ਵੈਲੋਸਿਟੀ ਦੀ ਇੱਕ ਵੈਲਿਊ ਪਲੱਸ 70 ਲਿਖੀ ਇੱਕ ਮਾਈਨਸ 70 ਲਿਖੀ ਤੇ ਬਾਕੀ ਦੋ ਹੋਰ ਜੋ ਮਰਜ਼ੀ ਹੋ ਤੇ ਜੇ ਮੈਂ ਰਿਲੇਟਿਵ b ਦੀ ਕੱਢੀ ਜਾਂ ਵਿਦ ਰਿਸਪੈਕਟ ਟੂ a ਤੇ ਆਨਸਰ ਪਲੱਸ 70 ਨਹੀਂ ਹੋਏਗਾ ਆਨਸਰ ਮਾਈਨਸ 70 ਹੋਏਗਾ ਉਹ MCQ ਤੁਹਾਡਾ ਗਲਤ ਹੋ ਜਾਏਗਾ ਨਹੀਂ ਕਿਆ ਰਿਲੇਟਿਵ ਦਾ ਸਾਈਨ ਕਲੀਅਰ ਆ ਯੈਸ ਸਰ ਯੈਸ ਸਰ ਯੈਸ ਸਰ ਯੈਸ ਸਰ ਵੈਲੋਸਿਟੀ ਦੇ ਦੋ ਕੇਸ ਕੀਤੇ when they are traveling in same direction and when they are traveling in opposite direction kya ye dono case clear hai yes sir ida aur haje aana when the two object they are not kehna ji in the same or in opposite but they are at certain angle hai na oh haje vector wale chapter ch ja ke case karawanga ohde liye pehle kuch result chahide hai oh agle chapter ch karange is to baad agla topic jehda apna banna oh aa jayega acceleration ਇਹ ਕੋਈ ਡਾਊਟ ਆ ਤਾਂ ਇੱਕ ਵਾਰੀ ਬੋਲ ਦਿਓ ਤੇਰੇ ਦੀ ਫੋਟੋ ਕਲਿੱਕ ਕਰਕੇ ਭੇਜ ਦੀ ਇਹ ਫੋਟੋ ਭੇਜ ਸਰ ਫੋਟੋ ਡਾਲ ਦੇਣਾ ਇਸ ਗਰੁੱਪ ਕੀ ਕਰਦਾ ਫੋਟੋ ਪਾ ਦਿਓ ਗਰੁੱਪ ਫੋਟੋ ਵਿੱਚ ਪਾ ਦਾ ਗਰੁੱਪ ਵਿੱਚ ਅੱਛਾ ਚਲ ਨੈਕਸਟ ਟਾਪਿਕ ਸ਼ੁਰੂ ਕਰ ਰਿਹਾ ਟੌਪਿਕ ਦਾ ਨਾਮ ਹੈਗਾ ਬੇਟਾ ਯੂਨੀਫਾਰਮਲੀ ਐਕਸੈਲਰੇਟਿਡ ਮੋਸ਼ਨ ਯੂਨੀਫਾਰਮਲੀ ਐਕਸੈਲਰੇਟਿਡ ਮੋਸ਼ਨ ਸਾਹਿਲ ਜੀ ਹੈਗੇ ਹੋ साहिल रणदीप
छवि हैगी है? यस सर। जैस्लीन? यस सर। सिना यादवी? यस सर। स्नेहा आवाज नहीं आई तेरी? सर। रेजवल प्रथम? यस सर। यस सर। कशिश? यस सर। मान्या? यस सर। गुरलीन? यस सर। गुरजोत? यस सर। अंश ते अमन? यस सर। अंश? अंश छोटे खाओ। चलो नेक्स्ट टॉपिक यूनिफॉर्मली एक्सेलरेटेड मोशन। लास्ट पुत्र जेड़ा वर्ड कीता यूनिफॉर्म मोशन। यूनिफॉर्म मोशन से डिफाइन कर दें इफ ऑब्जेक्ट विल कवर इक्वल डिस्टेंस इन इक्वल इंटरवल ऑफ टाइम है ना। असि कहने फिर उदो बॉडी की मोशन जेड़ी आ वो यूनिफॉर्म मोशन आ। बट यूनिफॉर्म मोशन की प्रॉपर्टी उदी करैक्टरिस्टिक ये सीगी कि कहता जी एस सच स्पीड और वेलोसिटी ऑफ द बॉडी रिमेन कॉन्सटेंट। और हुण जेड़ा वर्ड लैन लगे यूनिफॉर्मली एक्सेलरेटेड मोशन। यूनिफॉर्मली एक्सेलरेटेड मोशन वर्ड का मतलब यह होगा इफ देयर इज एन इक्वल चेंज इन वेलोसिटी इन इक्वल इंटरवल ऑफ टाइम। मतलब बॉडी की मोशन के अंदर की होगा उसकी वेलोसिटी की चेंज आनी शुरू हो जाएगी। यानी हुण कॉन्सटेंट स्पीड से असं ऑब्जेक्ट नहीं लवेंगे। जिहड़ी रियल मोशन है साडे कोल वो एक्सेलरेटेड मोशन है बेटा। उस असं की कहने की भी जो स्टार्ट किया जीरो स्पीड से मुड़ के एक सैकेंड के अंदर स्पीड 10 मीटर पर सैकेंड होगी फिर 20 होगी फिर 30 होगी फिर 40 होगी। यानी कंटीन्यूअसली योर स्पीड विल गोइंग ऑन चेंजिंग। ठीक है जे थोड़ी स्पीड ना भी चेंज हो बट इफ देयर इज अ चेंज इन डायरेक्शन ऑफ द बॉडी। पहले ऑब्जेक्ट स्ट्रेट पास चल रहा है फिर टेढ़ा मुड़ गया फिर होर पास चला गया। असं कहने जी स्पीड सेम आ पर डायरेक्शन चेंज हो रही है। Even then, we said there is a change in velocity of the body. इधर मतलब पहला word इक ले लिए, ठीक है, which is to be called as the acceleration. क्या ना बच्चे acceleration define करिए तो acceleration ऐसे क्यों कहते हैं? क्या ना acceleration always to be defined as the change in velocity over time taken. ਹੁਣ ਜਿਹਨੂੰ ਚੇਂਜ ਇਨ ਵੈਲੋਸਿਟੀ ਲੈ ਰਿਹਾ ਉਹ ਕਹਿੰਦਾ ਵੀ ਵੈਲੋਸਿਟੀ ਬੇਸਿਕਲੀ ਵਰਡ ਜਿਹੜਾ ਵਾ ਇਹ ਕਿਹਦੇ ਕਿਹਦਾ ਕੰਬੀਨੇਸ਼ਨ ਆ ਤਾਂ ਅਸੀਂ ਕਹਿੰਦੇ ਕਿ ਵੈਲੋਸਿਟੀ ਨੂੰ ਜਦੋਂ ਗੱਲ ਕਰਾਂਗੇ ਤੇ ਵੀ ਕੰਸੀਡਰ ਵੈਲੋਸਿਟੀ ਇਜ਼ ਦਾ ਕਹਿੰਦਾ ਕਿ ਕੇਸ ਆਫ ਸਪੀਡ ਐਂਡ ਡਾਇਰੈਕਸ਼ਨ। ਅਸੀਂ ਇਹ ਲੈ ਲੈਂਦੇ ਕਿ ਜੇ ਸਪੀਡ ਔਰ ਡਾਇਰੈਕਸ਼ਨ ਦੋ ਚੀਜ਼ਾਂ ਦਾ ਕਨਸੈਪਟ ਕੰਬਾਈਨ ਕਰੀਏ ਤੇ ਵੀ ਆਰ ਕੰਸੀਡਰਿੰਗ ਦਾ ਕੇਸ ਆਫ ਵੈਲੋਸਿਟੀ। ਕਿ ਇੰਨੀ ਗੱਲ ਸਮਝ ਲੱਗ ਰਹੀ? ਯੈਸ ਸਰ। उस मूवमेंट लैके चल रहे बॉडी की वेलोसिटी चेंज हो रही है ਉੱਥੇ ਵੈਲੋਸਿਟੀ ਦਾ ਚੇਂਜ ਜਿਹੜਾ ਵਾ ਦੈਟ ਇਜ਼ ਡਿਊ ਟੂ ਚੇਂਜ ਇਨ ਸਪੀਡ ਆਫ ਦਾ ਬੋਡੀ। ਸੈਕਿੰਡ ਕੇਸ ਆਪਾਂ ਇਦਾਂ ਬਣਾ ਦਿੰਦੇ ਇਫ ਆਬਜੈਕਟ ਇਜ਼ ਮੂਵਿੰਗ ਇਨ ਅ ਸਰਕੂਲਰ ਪਾਥ ਇਫ ਆਬਜੈਕਟ ਇਜ਼ ਮੂਵਿੰਗ ਇਨ ਅ ਸਰਕੂਲਰ ਪਾਥ ਵਿਦ ਕਾਂਸਟੈਂਟ ਸਪੀਡ ਪੂਰੇ ਰਸਤੇ ਸਰਕੂਲਰ ਪਾਥ ਤੇ ਉਹਦੀ ਸਪੀਡ ਨਹੀਂ ਬਦਲਦੀ। ਲੈਟ ਮੀ ਸੇ ਇਟ ਕੰਟੀਨਿਊਸਲੀ ਮੂਵਿੰਗ ਵਿਦ ਅ ਸਪੀਡ ਆਫ 10 ਮੀਟਰ ਪਰ ਸੈਕਿੰਡ ਉਹਦੀ ਸਪੀਡ ਨਹੀਂ ਬਦਲ ਰਹੀ ਹੈ ਨਾ। ਬਟ ਐਟ ਐਵਰੀ ਇਨਸਟੈਂਟ at every instant the direction will going on change circular path pe jado object move karda te kise bhi instant te particle di direction jehdi hoegi it is always along the tangent drawn at that point ye aale samajh lagdi bhi? Yes sir. Tangent wali baat batana so to ik main thread de naal stone bannya ghumana shuru kar ditta ਘੁਮਾਉਂਦੇ ਘੁਮਾਉਂਦੇ ਜਦੋਂ ਇੱਥੇ ਕਿ ਮੈਂ ਕਿਤੇ ਪਹੁੰਚਿਆ ਮੈਂ ਸਟੋਨ ਬ੍ਰੇਕ ਕਰਦਾ ਕਿਆ ਸਟੋਨ ਸਰਕਲ ਕੰਪਲੀਟ ਕਰੂਗੇ ਇਸੇ ਪੁਆਇੰਟ ਤੋਂ ਸਟ੍ਰੇਟ ਲਾਈਨ ਤੋਂ ਨਿਕਲ ਜੂ ਸਰ ਸਰਕਲ ਕੰਪਲੀਟ ਕਰੂ ਵਰਕੀਰ ਸਿੰਘ ਰਾਬ ਫਿਰ ਮਤਲਬ ਸਮਝ ਨਹੀਂ ਲਗਾ ਕਿਆ ਕਿਆ ਚੌਂਕ ਦੇ ਵਿੱਚ ਘੁੰਮਦਾ ਪਿਆ ਵੈ ਪੰਗਾ ਨਹੀਂ ਲੈਣਾ ਇੱਦਾਂ ਦਾ ਜਦੋਂ ਦੱਸਣ ਲੱਗਿਆ ਤੂੰ ਇੱਕ ਚੌਂਕ ਹੈਗਾ ਉੱਥੇ ਮੋਟਰਸਾਈਕਲ ਤੇ ਗੇੜਾ ਲਾਉਂਦਾ ਪਿਆ ਸੀ
ਗੇੜਾ ਲਾਉਂਦੇ ਲਾਉਂਦੇ ਤੇਰਾ ਇੱਕ ਪੁਆਇੰਟ ਤੇ ਸਕੂਟਰ ਜਾਂ ਮੋਟਰਸਾਈਕਲ ਸਕਿੱਡ ਕਰ ਗਿਆ, ਠੀਕ ਹੈ, ਤੇ ਉਹ ਤੋਂ ਬਾਅਦ ਤੂੰ ਸਿੱਧਾ ਜਿਹੜਾ ਇਸੇ ਪਾਸੇ ਨੂੰ ਨਿਕਲ ਜੂੰਗਾ ਕਿ ਪਹਿਲਾਂ ਚੱਕਰ ਪੂਰਾ ਕਰੂੰਗਾ? ਸਰ ਸਿੱਧਾ ਉਸ ਪਾਸੇ ਨਿਕਲ ਜੂੰਗਾ। ਤੇ ਫਿਰ ਇਹਦਾ ਮਤਲਬ ਉਸ ਪੁਆਇੰਟ ਤੇ ਜੋ ਟੈਂਜੈਂਟ ਦੀ ਡਾਇਰੈਕਸ਼ਨ ਹੋਏਗੀ ਉਸੇ ਪਾਸੇ ਨੂੰ ਨਿਕਲ ਜੂੰਗਾ? ਯੈਸ ਸਰ। ਮੈਂ ਵੀ ਤਾਂ ਇਹੀ ਕਹਿ ਰਿਹਾ ਕਿ ਜਦੋਂ ਆਬਜੈਕਟ ਕੋਈ ਸਰਕੂਲਰ ਪਾਥ ਤੇ ਮੂਵ ਕਰਦਾ ਉਹਦੀ ਸਪੀਡ ਕਾਂਸਟੈਂਟ ਹੋ ਸਕਦੀ, ਬਟ ਹਰ ਇਨਸਟੈਂਟ ਤੇ ਉਹਦੀ ਡਾਇਰੈਕਸ਼ਨ ਜਿਹੜੀ ਉਹ ਚੇਂਜ ਹੁੰਦੀ ਪਈ ਹੈ। ਤੇ ਅਸੀਂ ਵਰਡ ਯੂਜ਼ ਕੀਤਾ ਕਿ ਵੈਲੋਸਿਟੀ ਹੁੰਦੀ ਆ ਸਪੀਡ ਔਰ ਡਾਇਰੈਕਸ਼ਨ ਦਾ ਕੰਬੀਨੇਸ਼ਨ। ਤੇ ਜੇ ਸਰਕੂਲਰ ਪਾਥ ਤੇ ਉਹਦੀ ਸਪੀਡ ਕਾਂਸਟੈਂਟ ਵੀ ਆ, ਪਰ ਕਿਉਂਕਿ ਹਰ ਵੇਲੇ ਉਹਦੀ ਡਾਇਰੈਕਸ਼ਨ ਜਿਹੜੀ ਆ ਹਰ ਇਨਸਟੈਂਟ ਤੇ ਉਹਦੀ ਡਾਇਰੈਕਸ਼ਨ ਚੇਂਜ ਹੁੰਦੀ ਜਾ ਰਹੀ ਆ, ਇਸ ਲਈ ਡਾਇਰੈਕਸ਼ਨ ਜੇ ਚੇਂਜ ਹੋਈ ਇਵਨ ਦੈਨ ਵੈਲੋਸਿਟੀ ਵਿਲ ਚੇਂਜ। ਔਰ ਜੇ ਵੈਲੋਸਿਟੀ ਚੇਂਜ ਆ ਤੇ ਵੀ ਮਸਟ ਸੇ ਕਹਿੰਦਾ ਜੀ ਇਟ ਮੀਨਸ ਦੇਅਰ ਇਜ਼ ਐਨ ਐਕਸਲਰੇਸ਼ਨ। ਇਹਦਾ ਮਤਲਬ ਬਾਡੀ ਦੀ ਵੈਲੋਸਿਟੀ ਚ ਚੇਂਜ ਆਣੀ ਚਾਹੀਦੀ ਆ, ਉਹ ਭਾਵੇਂ ਸਪੀਡ ਦੇ ਚੇਂਜ ਹੋਣ ਕਰਕੇ ਆਵੇ ਭਾਵੇਂ ਡਾਇਰੈਕਸ਼ਨ ਦੇ ਚੇਂਜ ਹੋਣ ਕਰਕੇ ਆਵੇ, ਭਾਵੇਂ ਦੋਨੋਂ ਚੇਂਜਸ ਆਉਂਦੀਆਂ, ਠੀਕ ਹੈ। ਇਫ ਦੇਅਰ ਇਜ਼ ਅ ਚੇਂਜ ਇਨ ਵੈਲੋਸਿਟੀ ਦੈਨ ਵੀ ਮਸਟ ਸੇ ਦੇਅਰ ਇਜ਼ ਐਨ ਐਕਸਲਰੇਸ਼ਨ ਇਨ ਦਾ ਬਾਡੀ। ਕਿਆ ਇੰਨੀ ਗੱਲ ਮੈਨੂੰ ਸਮਝ ਲੱਗੀ? ਯੈਸ ਸਰ, ਯੈਸ ਸਰ। ਹੁਣ ਐਕਸਲਰੇਸ਼ਨ ਦਾ ਯੂਨਿਟ ਕੀ ਆ, ਡਾਇਮੈਂਸ਼ਨ ਕੀ ਆ, ਆਲਰੇਡੀ ਆਪਾਂ ਪੜ੍ਹੀਆਂ ਹੋਈਆਂ ਚੀਜ਼ਾਂ ਬੇਟਾ, ਮੀਟਰ ਪਰ ਸੈਕਿੰਡ ਸਕੁਅਰ, ਮੀਟਰ ਪਰ ਸੈਕਿੰਡ ਸਕੁਅਰ। ਪਰ ਕੀ ਦਾ ਡਾਇਮੈਂਸ਼ਨਲ ਫਾਰਮੂਲਾ LT minus 2R, LT minus 2R। ਇਹ ਗੱਲ ਕਲੀਅਰ ਆ? ਯੈਸ ਸਰ, ਯੈਸ ਸਰ। ਚਲੋ ਅਗਲਾ ਵਰਡ ਐਡ ਕਰ ਦਈਏ ਆਪਾਂ, ਐਕਸਲਰੇਟਡ ਮੋਸ਼ਨ। ਐਕਸਲਰੇਸ਼ਨ ਵਰਡ ਲੈ ਲਿਆ ਨਾ, ਹੁਣ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਕੀ ਵਰਡ ਬਣਿਆ? ਉਹ ਕਹਿੰਦਾ ਵੀ ਯੂਨੀਫਾਰਮਲੀ uniformly accelerated motion, ठीक है, इसका मतलब हो गया equal change in velocity, equal change in velocity in equal interval of time, equal change in velocity in equal interval of time, then motion is called as a uniformly accelerated motion। मतलब ਕਹਿੰਦਾ ਜੀ ਆਹ ਇੱਕ ਸਟ੍ਰੇਟ ਲਾਈਨ ਦੇ ਉੱਤੇ ਤੁਹਾਡਾ ਆਬਜੈਕਟ ਜਿਹੜਾ ਮੂਵ ਕਰਨਾ ਸ਼ੁਰੂ ਹੋਣ ਲੱਗਿਆ, ਏ ਪੁਆਇੰਟ ਤੇ ਉਹਦੀ ਵੈਲੋਸਿਟੀ 0 ਕਿਲੋਮੀਟਰ ਪਰ ਆਵਰ, ਬੀ ਪੁਆਇੰਟ ਤੱਕ ਪਹੁੰਚਦੇ ਪਹੁੰਚਦੇ ਉਹਨੂੰ ਮੰਨ ਲਓ ਜੀ 2 ਮਿੰਟ ਲੱਗੇਗਾ, ਠੀਕ ਹੈ, ਪਰ 2 ਮਿੰਟ ਦੇ ਅੰਦਰ ਅੰਦਰ ਉਹਦੀ ਸਪੀਡ 0 ਤੋਂ 10 ਕਿਲੋਮੀਟਰ ਪਰ ਆਵਰ ਹੋਊਗੀ। ਉਸ ਤੋਂ ਬਾਅਦ ਸੀ ਪੁਆਇੰਟ ਤੱਕ ਪਹੁੰਚਦੇ ਪਹੁੰਚਦੇ, ਠੀਕ ਹੈ, ਸੀ ਪੁਆਇੰਟ ਤੱਕ ਪਹੁੰਚਦੇ ਪਹੁੰਚਦੇ ਟਾਈਮ ਫਿਰ 2 ਮਿੰਟ ਹੀ ਇਨਵੋਲਵ ਹੈ, ਉਹਦੀ ਸਪੀਡ 10 ਤੋਂ ਵੱਧ ਕੇ 20 ਕਿਲੋਮੀਟਰ ਪਰ ਆਵਰ, ਡੀ ਤੱਕ ਪਹੁੰਚਦੇ ਪਹੁੰਚਦੇ ਦੀ ਸਪੀਡ 30 ਕਿਲੋਮੀਟਰ ਪਰ ਆਵਰ, ਠੀਕ ਹੈ। ਇਹਦਾ ਮਤਲਬ ਕੀ ਹੋ ਗਿਆ, ਜੇ ਟਾਈਮ ਇੰਟਰਵਲ ਬਰਾਬਰ ਆ, ਇੱਥੇ ਵੈਲੋਸਿਟੀ ਦੀ ਚੇਂਜ 10 ਦੀ ਆਈ ਆ, 10 ਮਾਈਨਸ 0 10 ਕਿਲੋਮੀਟਰ ਪਰ ਆਵਰ ਦੀ ਚੇਂਜ ਆ, ਇੱਥੇ ਜਿਹੜੀ ਸਪੀਡ ਵੈਲੋਸਿਟੀ ਦੀ ਚੇਂਜ ਜਿਹੜੀ ਆ ਉਹ 10 ਕਿਲੋਮੀਟਰ ਪਰ ਆਵਰ ਆ, ਇੱਥੇ ਵੀ ਵੈਲੋਸਿਟੀ ਦੀ ਚੇਂਜ ਜਿਹੜੀ 10 ਕਿਲੋਮੀਟਰ ਪਰ ਆਵਰ ਆ, ਇਹਦੇ ਮਤਲਬ ਵੈਲੋਸਿਟੀ ਦਾ ਚੇਂਜ ਹੁੰਦੀ ਪਈ ਆ, ਵੈਲੋਸਿਟੀ ਦਾ ਚੇਂਜ ਹੁੰਦੀ ਪਈ ਹੈ, ਪਰ ਇਹਦਾ ਮਤਲਬ ਜੇ ਐਕਸਲਰੇਸ਼ਨ ਆਉਂਦੀ ਪਈ ਹੈ, ਪਰ ਐਸ ਸੱਚ ਵੈਲੋਸਿਟੀ ਦੀ ਇਕੁਅਲ ਚੇਂਜ ਇਕੁਅਲ ਟਾਈਮ 'ਚ ਜਦੋਂ ਆਏਗੀ ਤੇ ਇਹਦਾ ਮਤਲਬ ਆ ਵੈਲੋਸਿਟੀ ਚੇਂਜ ਹੋਈ ਪਰ ਐਕਸਲਰੇਸ਼ਨ ਚੇਂਜ ਨਹੀਂ ਹੋਈ, ਇਹਦਾ ਮਤਲਬ ਐਕਸਲਰੇਸ਼ਨ ਰਿਮੇਨ ਕਾਂਸਟੈਂਟ। ਕਿਆ ਆਹ ਗੱਲ ਸਮਝ ਲੱਗੀ ਜੋ ਮੈਂ ਬੋਲਿਆ? ਯੈਸ ਯੈਸ ਸਰ। ਸੋ ਜੇ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਹੋਏਗੀ ਤੇ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ 'ਚ ਬੇਟਾ ਬਾਡੀ ਦੀ ਇਕੁਅਲ ਚੇਂਜ ਇਨ ਵੈਲੋਸਿਟੀ ਇਨ ਇਕੁਅਲ ਇੰਟਰਵਲ ਆਫ ਟਾਈਮ ਮੀਨ ਐਕਸਲਰੇਸ਼ਨ ਆਲਵੇਸ ਰਿਮੇਨ ਕਾਂਸਟੈਂਟ, ਠੀਕ ਹੈ। ਪਰ ਜੇ ਇਹਦੀ ਥਾਂ ਤੇ ਆਪਣੇ ਕੋਲ ਆ ਜੇ ਨੋਨ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ, ਨੋਨ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਦਾ ਮਤਲਬ ਇਹ ਹੋ ਜਾਏਗਾ ਅਨਇਕੁਅਲ ਚੇਂਜ ਇਨ ਵੈਲੋਸਿਟੀ ਇਨ ਇਕੁਅਲ ਇੰਟਰਵਲ ਆਫ ਟਾਈਮ। ਵੈਲੋਸਿਟੀ ਤੇ ਟਾਈਮ ਦੇ ਵਿੱਚੋਂ ਇੱਕ ਚੀਜ਼ ਇਕੁਅਲ ਰੱਖਾਂਗੇ, ਇੱਕ ਚੀਜ਼ ਦੀ ਚੇਂਜ ਅਨਇਕੁਅਲ ਕਰਦਾ। ਜਿੱਦਾਂ ਇੱਥੇ 2 ਮਿੰਟ ਦੇ ਅੰਦਰ ਵੈਲੋਸਿਟੀ ਦੀ ਚੇਂਜ 10 ਦੀ ਆਈ ਹੈ, ਅਗਲੇ ਮੰਨ ਲਓ 4 ਮਿੰਟ ਦੇ ਅੰਦਰ ਵੈਲੋਸਿਟੀ ਦੀ ਚੇਂਜ 10 ਦੀ ਆਈ ਹੋਵੇ, ਇਹਦਾ ਮਤਲਬ ਇੱਥੇ ਵੈਲੋਸਿਟੀ ਦੀ ਚੇਂਜ 10 2 ਮਿੰਟ 'ਚ ਆ ਗਈ, ਅਗਲੀ ਵਾਰੀ ਉਹ 10 ਕਿਲੋਮੀਟਰ ਪਰ ਆਵਰ ਦੀ ਚੇਂਜ ਜਿਹੜੀ ਆ ਉਹ 4 ਮਿੰਟ 'ਚ ਆਈ ਆ, ਤੀਜੀ ਵਾਰੀ 3 ਮਿੰਟ 'ਚ ਆਈ ਆ। ਇਹਦਾ ਮਤਲਬ ਕਦੀ ਉਹਦੀ ਵੈਲੋਸਿਟੀ ਦੀ ਚੇਂਜ ਜ਼ਿਆਦਾ ਆ ਰਹੀ ਆ, ਕਦੀ ਵੈਲੋਸਿਟੀ ਦੀ ਚੇਂਜ ਥੋੜ੍ਹੀ ਆ ਰਹੀ ਆ ਗਿਵਨ ਟਾਈਮ ਦੇ ਅੰਦਰ, ਅਤੇ ਇਹਦਾ ਮਤਲਬ ਐਕਸਲਰੇਸ਼ਨ ਸੇਮ ਨਹੀਂ ਆਏਗੀ, ਐਕਸਲਰੇਸ਼ਨ ਉਹਦੀ ਵੇਰੀਏਬਲ ਹੋਏਗੀ। ਕਿਆ ਇੰਨੀ ਗੱਲ ਸਮਝ ਲੱਗੀ? ਯੈਸ ਸਰ, ਯੈਸ ਸਰ। ਸੋ 2 ਵਰਡ ਲੈ ਰਿਹਾ ਪੁੱਤ, ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਮੀਨ ਐਕਸਲਰੇਸ਼ਨ ਕਾਂਸਟੈਂਟ,
equal change in velocity in equal interval of time and non uniformly accelerated motion mean unequal change in velocity in equal interval of time te apne syllabus de andar main jehda chalna oh uniformly accelerated motion tusi is chapter de andar kuch equation of motion derive karni hai v equal to u plus at s equal to ut plus half at square ठीक है ये बाकी दो और इक्वेशन इन सारिया इक्वेशन के अंदर जी ए होएगी एक्सेलरेशन दैट ऑलवेज टेकन टू बी अ कांस्टेंट ए इक्वेशन वैलिड आ यूनिफॉर्मली एक्सेलरेटेड मोशन वास्ते इतनी गल क्लियर आ यस सर चलो आप जिन्ना किया इस टॉपिक नु जस्ट स्टार्ट किया बेटा एक्सेलरेशन की होंगी है ठीक है एक्सेलरेशन वास्ते रिस्पोंसिबल की चीज आ दूजा वर्ड यूनिफॉर्मली ते नॉन यूनिफॉर्मली एक्सेलरेटेड मोशन क्या इतना क्लियर है पहले सारे नु यस सर यस सर कोई डाउट कितने बोलूं नो सर